ਇੰਨੇ ਮਿੱਠੇ ਵੀ ਨਾ ਬਣੋ ਕਿ ਕੋਈ ਟੁੱਕ ਦੇਵੇ, ਇੰਨੇ ਮਿੱਠੇ ਵੀ ਨਾ ਬਣੋ ਕਿ ਕੋਈ ਟੁੱਕ ਦੇਵੇ, ਇੰਨੇ ਕੌੜੇ ਵੀ ਨਾ ਬਣੋ ਕਿ ਕੋਈ ਥੁੱਕ ਦੇਵੇ। ਪਿਆਰ ਕਰਨਾ ਤਾਂ ਕਰੀ ਜਾਓ ਜੀ ਸਦਕੇ, ਪਰ ਪਿਆਰ ਇੰਨਾ ਵੀ ਨਾ ਕਰੋ ਕਿ ਬਾਅਦ ਦੇ ਵਿੱਚ ਦੁੱਖ ਦੇਵੇ। ਨਾ ਮਣਕਾ ਬਣੋ ਮਿੱਤਰੋ ਕਿਸੇ ਦੀ ਗਾਨੀ ਦਾ, ਅਗਲੇ ਦਾ ਕੀ ਪਤਾ ਕਦੋਂ ਲਾ ਕੇ ਸੁੱਟ ਦੇਵੇ। ਨਾ ਮਣਕਾ ਬਣੋ ਕਿਸੇ ਦੀ ਗਾਨੀ ਦਾ, ਅਗਲੇ ਦਾ ਕੀ ਪਤਾ ਕਦੋਂ ਲਾ ਕੇ ਸੁੱਟ ਦੇਵੇ। ਬਹੁਤ ਹੀ ਵਧੀਆ ਲਾਈਨਾਂ ਕਿਸੇ ਸ਼ਾਇਰ ਦੀਆਂ ਲਿਖੀਆਂ। ਇਹਨਾਂ ਨਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ, ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਵਾਕਿਆ ਪਹਿਲੀਆਂ ਦੋ ਲਾਈਨਾਂ ਤਾਂ ਬਾਹਲੀਆਂ ਕਮਾਲ ਦੀਆਂ ਹੈਗੀਆਂ ਵੀ ਬਾਹਲੇ ਮਿੱਠੇ ਜਿਹੇ ਬਣਦੇ ਆ, ਜਿਵੇਂ ਤੋਤਾ ਮਿੱਠਾ ਅੰਬ ਦੇ ਕੇ ਟੁੱਕ ਦਿੰਦਾ ਅਤੇ ਉਵੇਂ ਤੋਤਾ ਤਾਂ ਖੈਰ ਮਿਰਚਾਂ ਵੀ ਟੁੱਕਦਾ, ਮਿਰਚਾਂ ਕੌੜੀਆਂ ਹੁੰਦੀਆਂ। ਚਲੋ, ਲਿਖਣ ਵਾਲੇ ਨੇ ਸਾਨੂੰ ਜਿਹੜੀ ਸੇਧ ਦਿੱਤੀ ਇਹ ਦਿੱਤੀ ਹੈ ਵੀ ਭਾਈ ਨੋਰਮਲ ਜੇ ਰਹਿਣਾ ਚਾਹੀਦਾ, ਬਾਹਲੇ ਜ਼ਿਆਦਾ ਵੀ ਤੁਸੀਂ ਜੇ ਕਰੋਗੇ ਤਾਂ ਤਾਂ ਵੀ ਔਖਾ, ਅਤੇ ਜੇ ਬਾਹਲਾ ਕੌੜੇ ਕਸੈਲੇ ਬਣੋਗੇ ਤਾਂ ਵੀ ਔਖਾ। ਪਰ ਉਹਦਾ ਚਲੋ ਉਹ ਤੋਤੇ ਨਾਲ ਤਾਂ ਨਹੀਂ ਕੰਪੇਅਰ ਕਰ ਸਕਦੇ, ਉਹ ਤਾਂ ਹੁਣ ਅੰਬ ਵੀ ਟੁੱਕ ਦਿੰਦਾ ਅਤੇ ਮਿਰਚਾਂ ਵੀ ਟੁੱਕ ਦਿੰਦਾ। ਗੱਲ ਰਾਤੀਂ ਉਹੀ ਹੋ ਗਈ, ਕਹਿੰਦੇ ਵੀ ਕਹਿੰਦੇ ਖੋਦਿਆ ਪਹਾੜ 'ਤੇ ਨਿਕਲਿਆ ਚੂਹਾ, ਉਹੀ ਹੋ ਗਈ। ਕੱਲ੍ਹ ਬੜਾ ਮੈਂ ਵੀ ਪ੍ਰੋਗਰਾਮ ਦੇ ਵਿੱਚ ਹੁੱਬ ਕੇ ਕਿਹਾ ਸੀ ਵੀ ਅੱਜ ਭਾਈ ਪਟਾਕਾ ਪੈ ਜਾਣਾ, ਕੋਈ ਨਾ ਕੋਈ ਨਵਜੋਤ ਸਿੱਧੂ ਦਿੱਲੀ ਚੱਲਿਆ ਅਤੇ ਲੈ ਆ ਜਾਂ ਆਹ ਹੋਇਆ ਲੈ ਆਰ ਜਾਂ ਪਾਰ, ਪਰ ਕੁਛ ਨਹੀਂ ਹੋਇਆ। ਹੋਇਆ ਇਸੇ ਨੂੰ ਰਾਜਨੀਤੀ ਕਹਿੰਦੇ ਆ, ਜਾਂ ਤਾਂ ਉਹਨਾਂ ਨੂੰ ਕਹਿੰਦੇ ਵੀ ਬਰੋਬਰ ਕੀਤਾ, ਪਹਿਲਾਂ ਕੈਪਟਨ ਨੂੰ ਮੋੜਿਆ ਸੀ ਹੁਣ ਸਿੱਧੂ ਨੂੰ ਮੋੜਤਾ, ਅਤੇ ਇਸ ਕਰਕੇ ਹੁਣ ਗਾਂਹ ਹੋ ਸਕਦਾ ਕੋਈ ਗੱਲ ਹੋ ਜਾਵੇ। ਪਰ ਅਸਲ 'ਚ ਇਹ ਕਹਿੰਦੇ ਆ, ਰਾਹੁਲ ਤਾਂ ਕਹਿੰਦਾ ਵੀ ਮੇਰਾ ਕੋਈ ਪ੍ਰੋਗਰਾਮ ਨਹੀਂ ਸੀ ਮੈਨੂੰ ਦਾ, ਪਰ ਉਹਦਾ ਅਸਲ ਦੇ ਵਿੱਚ ਕਹਿੰਦੇ ਪ੍ਰੋਗਰਾਮ ਵਗੈਰਾ ਸੀਗਾ, ਅਤੇ ਮਨਮੋਹਨ ਸਿੰਘ ਨੇ ਕੋਈ ਸਿਆਣੀ ਗੱਲ ਦੱਸੀ ਸੋਨੀਆ ਨੂੰ ਅਤੇ ਭਾਈ ਤੂੰ ਆਹ ਕਰ, ਜੇ ਕੋਈ ਸਿੱਧੇ ਰਸਤੇ ਪਾਉਣੇ ਬੰਦੇ ਤਾਂ ਸ਼ਾਇਦ ਉਹਦੇ 'ਚ ਕੋਈ ਨੁਕਤਾ ਕੰਮ ਆ ਗਿਆ, ਅਤੇ ਸਿੱਧੂ ਵਾਲਾ ਜਿਹੜਾ ਪਹਾੜ ਸੀ ਬਹੁਤ ਵੱਡਾ ਉਹ ਵਾਪਸ ਆ ਗਿਆ। ਅਤੇ ਹੁਣ ਅੱਗੇ ਦੇਖੋ ਕੀ ਬਣਦਾ, ਇਹਦੇ ਬਾਰੇ ਤਾਂ ਆਪਾਂ ਆਉਣ ਵਾਲੇ ਸਮੇਂ 'ਚ ਗੱਲ ਕਰਾਂਗੇ। ਅੱਛਾ, ਦੂਜੀ ਗੱਲ ਜਿਹੜੀ ਅੱਜ ਦਾ ਖਬਰਾਂ ਵੈਸੇ ਕਾਫੀ ਸੀਗੀਆਂ, ਅਤੇ ਮੇਰਾ ਖਿਆਲ ਹੁਣ ਆਪਾਂ ਵਿਸ਼ੇ ਵਾਲੇ ਪਾਸੇ ਚੱਲੀਏ। ਖਬਰਾਂ ਬਹੁਤ ਇੰਟਰਸਟਿੰਗ ਖਬਰਾਂ ਸੀ ਅੱਜ, ਚਲੋ ਇੱਕ ਦੋ ਸੁੱਖੇ ਪੜ੍ਹ ਦਿੰਦੇ ਹਾਂ ਫਿਰ ਵਿਸ਼ੇ ਵਾਲੇ ਪਾਸੇ ਚੱਲਦੇ ਹਾਂ। ਭਾਰ ਘਟਾਉਣ ਲਈ ਹਰ ਬੰਦਾ ਤਤਪਰ ਰਹਿੰਦਾ, ਹਰ ਬੰਦਾ ਹਰ ਹੀਲਾ ਵਰਤਦਾ ਵੀ ਮੇਰਾ ਭਾਰ ਘੱਟ ਜਾਵੇ, ਸਲਿਮ ਟ੍ਰਿਮ ਲੱਗਾਂ। ਅਤੇ ਕੋਈ ਪਤਲਾ ਬੰਦਾ ਚੰਗੇ ਭਲੇ ਠੀਕ ਠਾਕ ਬੰਦੇ ਨੂੰ ਵੀ ਦਿਸ ਜਾਂਦਾ, ਅਤੇ ਉਹਨੂੰ ਵੀ ਅੱਗੇ ਸਵਾਲ ਇਹੀ ਕਰਦਾ ਵੀ ਕੀ ਖਾਂਦਾ ਭਾਈ ਤੂੰ, ਕਿਹੜੀ ਅੱਟੀ ਕਿਹੜੀ ਚੱਕੀ ਦਾ ਆਟਾ ਖਾਂਦਾ, ਬੜਾ ਸਲਿਮ ਟ੍ਰਿਮ ਪਿਆ। ਉਹ ਕਹਿੰਦਾ ਭਾਈ ਮੈਂ ਆਟਾ ਖਾਂਦਾ ਹੀ ਨਹੀਂ ਤਾਂ ਹੀ ਇੱਦਾਂ ਦਾ ਹੈਗਾ। ਚਲੋ ਖੈਰ, ਜਿਨ੍ਹਾਂ ਨੇ ਭਾਰ ਘਟਾਉਣਾ ਮੋਟੇ ਬੰਦਿਆਂ ਵਾਸਤੇ, ਖੁਸ਼ਖਬਰੀ ਮੈਂ ਲੈ ਕੇ ਆਇਆ। ਨਿਊਜ਼ੀਲੈਂਡ ਦੀ ਇੱਕ ਓਟਾਗੋ ਯੂਨੀਵਰਸਿਟੀ ਹੈ, ਉਹਨਾਂ ਨੇ ਇੱਕ ਰਿਸਰਚ ਕੱਢਣ ਤੋਂ ਬਾਅਦ ਇੱਕ ਡਿਵਾਈਸ ਤਿਆਰ ਕੀਤੀ। ਅੱਜ ਕੱਲ੍ਹ ਤਾਂ ਸਾਰਾ ਕੁਝ ਹੀ ਡਿਵਾਈਸ 'ਤੇ ਆ ਗਿਆ, ਬੰਦੇ ਵੀ ਡਿਵਾਈਸ 'ਤੇ ਆ ਗਏ। ਡਿਵਾਈਸ ਤਿਆਰ ਕੀਤੀ ਹੈ ਡੈਂਟਲ ਸਲਿਮ ਡਾਈਟ ਕੰਟਰੋਲ, ਦੰਦ ਉਹਨਾਂ ਨੇ ਐਸੇ ਤਿਆਰ ਕੀਤੇ ਨੇ, ਦੰਦਾਂ ਦੇ ਵਿੱਚ ਇੱਕ ਲੌਕ ਲਾਉਂਦੇ ਨੇ, ਡਿਵਾਈਸ ਲਾਉਂਦੇ ਨੇ ਦੰਦਾਂ ਦੇ ਵਿੱਚ, ਜਿਹਦੇ ਨਾਲ ਸਿਰਫ 2 ਮਿਲੀਲੀਟਰ ਤੋਂ ਜ਼ਿਆਦਾ ਮੂੰਹ ਨਹੀਂ ਖੁੱਲ੍ਹਦਾ। ਅਤੇ ਇਹ ਤਾਂ ਸਿੱਧੀ ਜੀ ਗੱਲ ਆ ਵੀ ਦੰਦਾਂ 'ਤੇ ਲੌਕ ਲਾ ਤਾ ਤਾਂ ਬੰਦਾ ਖਾਊਗਾ ਨਹੀਂ ਕੁਛ, ਆਪੇ ਪਤਲਾ ਹੋ ਜਾਣਾ। 2 ਹਫ਼ਤਿਆਂ 'ਚ ਕਹਿੰਦੇ 6 ਕਿਲੋ ਭਾਰ ਘੱਟ ਜੂਗਾ ਜੀ। ਆਹ ਦੇਖੋ ਤਾਂ ਤੁਸੀਂ ਫੋਟੋ ਨਾਲ, ਇਹ ਦੰਦਾਂ ਦੇ ਵਿੱਚ ਡਿਵਾਈਸ ਲੱਗੀ ਹੋਈ ਹੈ, ਲੌਕ ਹੀ ਕਹਿ ਲਓ, ਇੱਕ ਕਿਸਮ ਦਾ ਲੌਕ ਲੱਗਿਆ। ਹੁਣ ਇਹ ਤਾਂ ਭਾਈ ਜੇ 2 ਹਫ਼ਤੇ ਬੰਦੇ ਦੇ ਮੂੰਹ ਨੂੰ ਜਿੰਦਾ ਲੱਗਿਆ ਰਹੂ ਤਾਂ ਫਿਰ ਉਹਨੇ ਭਾਰ 'ਤੇ ਆਪੇ ਘਟਣਾ, ਅਤੇ ਸਾਡੇ ਮੂੰਹ ਨੂੰ ਲੌਕ ਊਂ ਲੱਗਦਾ ਨਹੀਂ ਹੈਗਾ। ਕਈ ਚੀਜ਼ਾਂ ਹੁਣ ਡਾਕਟਰ ਨੇ ਮਨ੍ਹਾ ਕੀਤੀਆਂ, ਕਈ ਪੀਣ ਵਾਲਿਆਂ ਨੂੰ ਮਨ੍ਹਾ ਕੀਤਾ ਹੁੰਦਾ ਤਾਂ ਉਹ ਕਹਿੰਦਾ ਜੀ ਬਸ ਉੱਦਾਂ ਤਾਂ ਛੱਡੀ ਹੋਈ ਆ, ਡਾਕਟਰ ਨੇ ਮਨ੍ਹਾ ਕੀਤੀ ਉਹ ਛੱਡੀ ਹੋਈ ਜਾਂ ਕੱਦਾ ਲਾ ਲਈਦਾ। ਕਈ ਬੰਦੇ ਹੈਗੇ ਨੇ ਉਹਨਾਂ ਨੂੰ ਡਾਕਟਰ ਨੇ ਫਰੂਟ ਸ਼ੂਗਰ ਹੁੰਦੀ ਹੈ ਤਾਂ ਉਹਨਾਂ ਨੂੰ ਮਨ੍ਹਾ ਕੀਤਾ ਹੁੰਦਾ, ਗੁਲਾਬ ਜਾਮਨ ਰਸਗੁੱਲਾ ਕੋਈ ਔਫਰ ਕਰੇ ਨਹੀਂ ਜੋ ਡਾਕਟਰ ਨੇ ਮਨ੍ਹਾ ਕੀਤਾ, ਚਲ ਕੋਈ ਨਹੀਂ ਇੱਕ ਖਾ ਲੈਂਦੇ, ਬਾਹਲਾ ਜ਼ੋਰ ਪਾਉਂਦੇ ਤਾਂ ਐਡਾ ਮੂੰਹ ਨੂੰ ਦੰਦਾਂ ਆਪਾਂ ਲਾਉਂਦੇ ਨਹੀਂ। ਅਤੇ ਉਹ ਉਹਨਾਂ ਨੇ ਫਿਰ ਜਿੰਦਾ ਹੀ ਮੂੰਹ ਨੂੰ ਲਾਤਾ, ਦੰਦਾਂ ਦੇ ਉੱਪਰ ਇੱਕ ਡਿਵਾਈਸ ਫਿੱਟ ਕਰ ਦੇਣੀ ਆ। ਖੈਰ ਕੋਈ ਨਾ ਕੋਈ ਟੈਕਨੀਕਲ ਵੀ ਉਹਦਾ ਹੋਏਗਾ, ਇਹ ਨਹੀਂ ਵੀ ਇਕੱਲਾ ਜਿੰਦਾ ਹੀ ਹੈਗਾ, ਕੋਈ ਨਾ ਕੋਈ ਉਹਦਾ ਹੋਏਗਾ ਹੋਰ ਵੀ ਉਹਦਾ ਲਿੰਕ ਜਿਹੜਾ ਭਾਰ ਘਟਣ ਦੇ ਨਾਲ। ਇਹ ਬੜੀ ਕਮਾਲ ਦੀ ਖਬਰ ਜਿਹੜੀ ਹੈ ਇਹ ਤੁਹਾਡੇ ਨਾਲ ਸਾਂਝੀ ਕੀਤੀ ਹੈ। ਅੱਛਾ, ਅਗਲੀ ਖਬਰਾਂ, ਅੱਜ ਬਰਾਤ ਨਾਲ ਸੰਬੰਧਿਤ ਬਹੁਤ ਸੀ ਖਬਰਾਂ, 1, 2, 3, 4, 5, 6 ਖਬਰਾਂ ਬਰਾਤ ਨਾਲ ਸੰਬੰਧਿਤ ਹੀ ਸੀ। ਅਤੇ ਬਰਾਤਾਂ ਆਪਾਂ ਮੁੜਦੀਆਂ ਦੇਖਦੇ ਹਾਂ, ਅਲੱਗ ਅਲੱਗ ਤਰੀਕਿਆਂ ਤੋਂ ਮੁੜਦੀਆਂ ਦੇਖਦੇ ਹਾਂ, ਕੋਈ ਕਿਸੇ ਕਾਰਨ, ਕੋਈ ਦਾਜ ਕਾਰਨ, ਕੋਈ ਦਾਜ ਕਾਰਨ। ਇੱਕ ਹੁਣ ਹੋਈ ਸੀ, ਬੰਦਾ ਉਹ ਸ਼ਰਾਬੀ ਹੋ ਗਿਆ, ਘੋੜੀ 'ਤੇ ਬੈਠਣ ਲੱਗਾ ਜਿਹੜਾ ਦੁੱਲਾ ਸੀਗਾ, ਅਤੇ ਉਹਨੂੰ ਨਾ ਕਰਤਾ ਅਗਲਿਆਂ ਨੇ ਫਟਾਫਟ। ਅਤੇ ਫਿਰ ਇੱਕ ਹੁਣ ਜਿਹੜਾ ਕੇਸ ਹੋਇਆ ਯੂਪੀ ਦੇ ਵਿੱਚ ਹੋਇਆ, ਉੱਥੇ ਜੀ ਉਹਨਾਂ ਨੇ ਕੁੱਲ ਪਹਾੜ ਕੋਈ ਤਹਿਸੀਲ ਦੇ ਵਿੱਚ ਪੈਂਦੀ ਹੈ, ਪੰਚਾਇਤ ਦੇ ਫੈਸਲਾ ਕਿ ਵਿਆਹ ਦੇ 6 ਫੇਰੇ ਹੋ ਗਏ ਸੀ ਉਹਦੇ ਕੁੜੀ ਦੇ, 7ਵਾਂ ਕਰਾਉਣ ਲੱਗੀ, ਕਹਿੰਦੀ ਮੈਂ ਤਾਂ ਨਹੀਂ ਕਰਾਉਣਾ। ਕਹਿੰਦੇ ਭਾਈ ਕਾਰਨ ਕੀ? ਕਹਿੰਦੀ ਕੁਛ ਵੀ ਨਹੀਂ, ਕਰਦੇ ਕਰਾਉਂਦੇ ਪੰਚਾਇਤ ਬੁਲਾ ਲਈ।
ਪੰਚਾਇਤ ਕਹਿੰਦੀ ਵੀ ਕਾਰਨ ਤਾਂ ਦੱਸੋ ਕੁੜੀ ਨੂੰ, ਕਹਿੰਦੇ ਕਹਿੰਦੇ ਕਾਰਨ ਕੋਈ ਨਹੀਂ, ਮੇਰੀ ਮਰਜ਼ੀ, ਮੈਨੂੰ ਮੁੰਡਾ ਪਸੰਦ ਹੀ ਨਹੀਂ, ਤੂੰ ਪਸੰਦ ਨਹੀਂ ਤਾਂ ਉਹ ਕਹਿੰਦੇ ਪਹਿਲਾਂ ਕਿਉਂ ਇੰਨਾ ਸਿਆਪਾ ਕੀਤਾ, ਇੰਨਾ ਸਾਰਾ ਕੁਝ ਖਰਚਾ ਖੁਰਚਾ ਕਰਾਇਆ ਮੁੰਡੇ ਵਾਲੇ, ਕਹਿੰਦੇ ਵੀ ਇੰਨੇ ਡੇਢ ਦੋ ਮਹੀਨੇ ਪਹਿਲਾਂ ਗੱਲ ਚੱਲਦੀ ਸੀ ਅਤੇ ਹੁਣ ਤੂੰ ਆ ਕੇ ਨਾ ਕਰ ਰਹੀ, ਉਹ ਕਹਿੰਦੀ ਮੇਰੀ ਮਰਜ਼ੀ, ਕੀ ਕਰ ਲਓਗੇ ਜੀ, ਪੁਲਿਸ ਵੀ ਬੁਲਾ ਲਈ ਪੁਲਿਸ ਨੂੰ, ਉਹ ਕਹਿੰਦੀ ਮੇਰੀ ਮਰਜ਼ੀ, ਅਤੇ ਪੁਲਿਸ ਕਹਿੰਦੀ ਵੀ ਹੁਣ ਵਿੱਚ ਅਸੀਂ ਕਰ ਸਕਦੇ ਭਾਈ, ਜਾਓ ਫਿਰ ਮੁੰਡੇ ਵਾਲਿਓ ਆਪੋ ਆਪਣੇ ਘਰ ਰੋਟੀ ਰੂਟੀ ਖਾ ਲਈ ਠੀਕ ਹੈ, ਉਹ ਕਹਿੰਦੇ ਵੀ ਨਹੀਂ ਰੋਟੀ ਰੂਟੀ ਤਾਂ ਖਾਧੀ ਨਹੀਂ ਹੈਗੀ, ਚਾਹ ਹੀ ਪੀਤੀ ਸੀ, ਉਹ ਕਹਿੰਦੇ ਭਾਈ ਹੁਣ ਰੋਟੀ ਵੀ ਆਪਣੇ ਘਰ ਜਾ ਖਾਇਓ ਜਾਂ ਰਾਜ ਕੁੱਟਾ ਬਟੂਬਾ ਦੇਖ ਲਿਓ, ਤੂੰ ਇਹੋ ਜਿਹੇ ਬੜੇ ਕੇਸ ਹੁੰਦੇ ਨੇ। ਇੱਕ ਮੇਘਾਲਿਆ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਰਸਮ ਹੈ ਵਿਆਹ ਦੇ ਸੰਬੰਧ ਦੇ ਵਿੱਚ, ਉੱਥੇ ਕੁੜੀ ਜਿਹੜੀ ਹੈ ਵਿਆਹਣ ਜਾਂਦੀ ਹੈ ਅਤੇ ਮੁੰਡੇ ਨੂੰ ਘਰ ਵਿਆਹ ਕੇ ਲਿਆਉਂਦੀ ਹੈ। ਮੇਘਾਲਿਆ ਦੇ ਵਿੱਚ ਖਾਸੀ ਜਨਜਾਤੀ ਪੈਂਦੀ, ਖਾਸੀ ਉੱਥੇ ਦੀ ਇਹ ਪਰੰਪਰਾ ਹੈਗੀ ਆ ਕਿ ਕੁੜੀ ਵਿਆਹਣ ਜਾਂਦੀ ਹੈ ਅਤੇ ਮੁੰਡੇ ਨੂੰ ਘਰ ਵਾਪਸ ਲਿਆਉਂਦੀ ਆ। ਹੋਰ ਸਭ ਤੋਂ ਵੱਡੀ ਉੱਥੇ ਪਰੰਪਰਾ ਜਿਹੜੀ ਇਹ ਹੈ, ਪਰੰਪਰਾ ਕਹਿ ਲਓ, ਉੱਥੋਂ ਦੇ ਰਸਮੀ ਰਿਵਾਜ਼ ਕਹਿ ਲਓ, ਉੱਥੋਂ ਦੇ ਕਾਨੂੰਨ ਕਹਿ ਲਓ, ਕਿ ਉੱਥੇ ਔਰਤ ਦੀ ਜ਼ਿਆਦਾ ਚੱਲਦੀ, ਵੈਸੇ ਚੱਲਦੀ ਤਾਂ ਆਪਣੇ ਵੀ ਔਰਤ ਦੀ ਹੈ ਸਰ ਜ਼ਿਆਦਾ, ਕੋਈ ਐਸੀ ਗੱਲ ਨਹੀਂ, ਪਰ ਉੱਥੇ ਦੀ ਜੇ ਗੱਲ ਕਰੀਏ ਉੱਥੇ ਔਰਤ ਦੀ ਮਰਜ਼ੀ ਹੈ ਕਿ ਜਦੋਂ ਮਰਜ਼ੀ ਉਹ ਕਿਸੇ ਨਾਲੋਂ ਵੀ ਰਿਸ਼ਤਾ ਤੋੜ ਕੇ ਕਿਸੇ ਨੂੰ ਵੀ ਵਿਆਹ ਨੂੰ ਜਵਾਬ ਦੇ ਕੇ, ਵਿਆਹ ਹੋਇਆ ਹੋਇਆ ਤਾਂ ਵੀ ਜਵਾਬ ਦੇ ਕੇ ਆਪਦੀ ਮਰਜ਼ੀ ਨਾਲ ਜਿੱਥੇ ਮਰਜ਼ੀ ਹੋਰ ਵਿਆਹ ਕਰਾ ਸਕਦੀ ਹੈ, ਬੰਦਾ ਤੁਰਿਆ ਫਿਰੇ, ਬੰਦਾ ਕਰਾਉਂਦਾ ਨਹੀਂ ਕਰਾਉਂਦਾ ਉਹਦੀ ਮਰਜ਼ੀ। ਹੋਰ ਇੱਕ ਬਹੁਤ ਵੱਡੀ ਗੱਲ, ਹੋਰ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਉੱਥੇ ਪ੍ਰੋਪਰਟੀ ਜਿਹੜੀ ਹੈ ਕਿਸੇ ਦੀ ਮਾਂ ਪਿਓ ਮਰਨ ਤੋਂ ਬਾਅਦ ਉਹ ਮੁੰਡਿਆਂ ਦੇ ਨਾਂ ਨਹੀਂ ਹੁੰਦੀ, ਉਹ ਸਭ ਤੋਂ ਛੋਟੀ ਕੁੜੀ ਦੇ ਨਾਂ ਹੁੰਦੀ ਹੈ। ਪ੍ਰੋਪਰਟੀ ਸਭ ਤੋਂ ਛੋਟੀ ਕੁੜੀ ਦੇ ਨਾਂ ਹੁੰਦੀ ਹੈ ਅਤੇ ਛੋਟੀ ਕੁੜੀ ਫਿਰ ਡਿਸਾਈਡ ਕਰਦੀ ਹੈ ਵੀ ਭਾਈ ਕਿਹਨੂੰ ਕੀ ਦੇਣਾ ਨਹੀਂ ਦੇਣਾ। ਉਹ ਅਗਰ ਉਹ ਕਿਸੇ ਨੂੰ ਕੁਛ ਵੀ ਨਹੀਂ ਦਿੰਦੀ ਤਾਂ ਵੀ ਕਾਨੂੰਨ ਇਹ ਆ ਵੀ ਉਹਨੂੰ ਕੋਈ ਕੁਛ ਨਹੀਂ ਕਹਿ ਸਕਦਾ। ਇਹ ਮੇਘਾਲਿਆ ਦਾ ਵੱਖਰੀ ਤਰ੍ਹਾਂ ਦਾ ਕਾਨੂੰਨ ਤੁਹਾਡੇ ਨਾਲ ਸਾਂਝਾ ਕੀਤਾ ਅਤੇ ਨਾਲ ਹੀ ਵਿਆਹ ਦੀ ਸੰਬੰਧਿਤ ਇੱਕ ਹੋਰ ਖਬਰ ਹੈ, ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ, ਤਾਈਵਾਨ ਦੀ ਖਬਰ ਹੈਗੀ ਆ। 37 ਦਿਨਾਂ ਦੇ ਵਿੱਚ ਬੰਦੇ ਨੇ 4 ਵਾਰ ਵਿਆਹ ਕਰਾਇਆ ਅਤੇ 3 ਵਾਰ ਤਲਾਕ ਲਿਆ 37 ਦਿਨਾਂ ਦੇ ਵਿੱਚ। ਬੜੀ ਇੰਟਰਸਟਿੰਗ ਸਟੋਰੀ ਹੈਗੀ ਆ। ਉੱਥੇ ਕਹਿੰਦੇ ਜੀ ਬੈਂਕ ਦੇ ਵਿੱਚ ਕੰਮ ਕਰਦਾ ਬੰਦਾ ਕੋਈ ਅਤੇ ਉਹਨੇ ਵਿਆਹ ਵਾਸਤੇ ਛੁੱਟੀ ਮੰਗੀ ਅਤੇ ਉੱਥੇ ਕਹਿੰਦੇ ਵੀ ਜਿਹੜੀ ਪੇਡ ਛੁੱਟੀ ਆ ਉਹ 8 ਦਿਨ ਦੀ ਮਿਲਦੀ ਆ। 8 ਦਿਨ ਬਾਅਦ ਉਹਨੇ ਹੋਰ ਛੁੱਟੀ ਅਪਲਾਈ ਕੀਤੀ ਅਤੇ ਉਹਨਾਂ ਨੇ ਛੁੱਟੀ ਦੇਣ ਤੋਂ ਮਨਾ ਕਰ ਦਿੱਤਾ। 7ਵੇਂ ਦਿਨ ਜਾਂ ਜਿੱਦੇ ਵੀ ਕੀਤੀ ਉਹਨੇ ਹੋਰ ਛੁੱਟੀ ਅਪਲਾਈ, ਉਹਨੇ ਮਨਾ ਕਰਤਾ, ਉਹਨੇ ਉਸੇ ਦਿਨ ਤਲਾਕ ਲਿਆ। ਫਿਰ ਵਿਆਹ ਦੀ ਅਰਜ਼ੀ ਪਾਤੀ, ਮੇਰਾ ਵਿਆਹ ਭਾਈ, ਹੁਣ ਉਹਨੂੰ ਕਹਿ ਨਹੀਂ ਸਕਦੇ, ਉਹ ਕਹਿੰਦੇ ਪਹਿਲੀ ਉਹ ਤਲਾਕ ਹੋ ਗਿਆ, ਚਲੋ ਫਿਰ 8 ਦਿਨ ਦੀ ਛੁੱਟੀ ਲੈ ਲਈ। ਫਿਰ 7 ਦਿਨ ਹੋਏ, ਫਿਰ ਉਹਨੂੰ ਕਿਹਾ ਹੋਰ ਛੁੱਟੀ ਦਿਓ, ਕਹਿੰਦੇ ਨਹੀਂ ਦਿੰਦੇ ਨਹੀਂ। ਉਹਨੇ ਫਿਰ ਤਲਾਕ ਕੀਤਾ, ਫਿਰ ਵਿਆਹ ਦੀ ਅਰਜ਼ੀ ਪਾਤੀ, ਮੇਰੇ ਵਿਆਹ ਹੈਗਾ ਮੈਨੂੰ ਛੁੱਟੀ ਦੇ ਦਿਓ। ਐਂ ਉਹਨੇ 4 ਵਾਰੀ ਕੀਤਾ, 8 ਚੋਂ 32 ਛੁੱਟੀਆਂ ਉਹਨੂੰ ਮਿਲ ਗਈਆਂ। ਅੱਛਾ, ਦੂਜੀ ਕਮਾਲ ਦੀ ਗੱਲ ਇਹ ਹੈ ਕਿ ਇੱਕੋ ਕੁੜੀ ਨਹੀਂ ਉਹਨੇ ਵਿਆਹ ਕੀਤਾ, ਉਸੇ ਨੂੰ ਤਲਾਕ ਦਿੱਤਾ, ਉਸੇ ਨਾਲ ਵਿਆਹ ਕੀਤਾ, ਉਸੇ ਨੂੰ ਤਲਾਕ ਦਿੱਤਾ, ਉਸੇ ਨਾਲ ਵਿਆਹ ਕੀਤਾ, ਕੋਈ ਕਾਨੂੰਨ ਹੈ ਨਹੀਂ ਜਿਹੜਾ ਉਹਨੂੰ ਰੋਕ ਸਕੇ। ਅਤੇ ਬੈਂਕ ਵਾਲੇ ਨੇ ਅਖੀਰ ਜਦੋਂ ਛੁੱਟੀ ਦੇਣੀ ਮਨਾ ਕਰ ਦਿੱਤੀ ਤਾਂ ਉਹਨੇ ਕੋਰਟ ਦੇ ਵਿੱਚ ਕੇਸ ਕਰਤਾ ਅਤੇ ਕੋਰਟ ਨੇ $700 ਜੁਰਮਾਨਾ ਕੀਤਾ ਉਹਨੂੰ, ਬੈਂਕ ਨੂੰ ₹700 ਜਾਂ ਡਾਲਰ ਜਿਹੜਾ ਵੀ ਤਾਈ ਵੈਂਦਾ ਹੋਏਗਾ ਉਹ ਜੁਰਮਾਨਾ ਕੀਤਾ ਅਤੇ ਬੰਦੇ ਨੂੰ ਨਾਲ ਜਿਹੜੀਆਂ 5 ਛੁੱਟੀਆਂ ਹੋਰ ਐਕਸਟੈਂਸ਼ਨ ਕਰਾ ਦਿੱਤੀਆਂ। ਕਮਾਲ ਦੀ ਖਬਰ ਹੈ, ਕਮਾਲ ਦੀ ਖਬਰ ਆ। ਉਹ ਸੁੱਕੇ ਬ੍ਰੇਕ ਤੋਂ ਅੱਗੇ ਲੰਘ ਗਏ ਕਾਫੀ ਆਪਾਂ, ਚਲੋ ਖੈਰ ਬ੍ਰੇਕ ਤੋਂ ਬਾਅਦ ਆਪਾਂ ਵਿਸ਼ੇ ਵੱਲ ਚੱਲਾਂਗੇ। ਵਿਸ਼ਾ ਇਹਦਾ ਹੋਏਗਾ ਜੋ ਰੌਲਾ ਚੱਲ ਰਿਹਾ ਆਪਣੇ ਪੰਜਾਬ ਦੇ ਵਿੱਚ ਸਾਰੇ, ਬਾਕੀ ਮੈਂ ਦੇਖੇ ਸਾਰੇ ਡਿਬੇਟ ਵੀ ਤੁਸੀਂ ਦੇਖੀ ਆ, ਪ੍ਰੋਗਰਾਮ ਵੀ ਦੇਖੇ ਨੇ, ਪਰ ਤੁਹਾਡੀਆਂ ਗੱਲਾਂ ਇਸ ਸੰਬੰਧ ਦੇ ਵਿੱਚ ਕਿਤੇ ਨਹੀਂ ਆਈਆਂ। ਫਰੀ ਦਾ ਜਿਹੜਾ ਕੰਮ ਚੱਲ ਰਿਹਾ ਪੰਜਾਬ ਦੇ ਵਿੱਚ ਦੇਣ ਦਾ ਵੀ, ਅਸੀਂ ਆਹ ਫਰੀ ਦੇ ਦਾਂਗੇ, ਉਹ ਫਰੀ ਦੇ ਦਾਂਗੇ, ਇਸ ਟੋਪਿਕ 'ਤੇ ਆਪਾਂ ਅੱਜ ਗੱਲ ਕਰਾਂਗੇ, ਤੁਹਾਡੇ ਨਾਲ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ। ਬ੍ਰੇਕ ਤੋਂ ਬਾਅਦ ਤੁਹਾਡੀਆਂ ਗੱਲਾਂ ਜਿਹੜੀਆਂ ਉਹ ਲੈਣੀਆਂ ਸ਼ੁਰੂ ਕਰ ਸਕਦੇ ਹੋ। ਇੱਕ ਸ਼ਬਦ ਹੈ ਰਾਜਨੀਤੀ। ਰਾਜਨੀਤੀ ਦਾ ਮਤਲਬ ਰਾਜ ਕਰਨ ਦੀ ਨੀਤੀ ਕਿਵੇਂ ਘੜਨੀ ਹੈ। ਖੈਰ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੀਤਾ ਅਤੇ ਰਾਜ ਉਦੋਂ ਬਾਅਦ ਸਾਡੇ ਆਹ ਮੁੱਖ ਮੰਤਰੀ ਜਿੰਨੇ ਕੁ ਬਣੇ ਨੇ ਉਹਨਾਂ ਨੇ ਕੀਤਾ। ਮੁੱਕਦੀ ਗੱਲ ਇਹ ਹੈ ਵੀ ਰਾਜ ਕਰਨ ਦੀ ਨੀਤੀ ਘੜਨ ਵਾਸਤੇ ਕੀ ਕਰਦੀਆਂ ਨੇ ਪਾਰਟੀਆਂ, ਉਹ ਗੱਲ ਸਮਝ ਨਹੀਂ ਆਉਂਦੀ। ਮੇਰਾ ਜਿਹੜਾ ਸਿੱਧਾ ਸਿੱਧਾ ਸਵਾਲ ਇਹ ਹੋਏਗਾ ਕਿ ਕਿਸੇ ਨੇ ਤਾਂ ਆ ਕੇ ਪੰਜਾਬੀਆਂ ਨੂੰ ਜਿਹੜੇ ਹੈਗੇ ਨੇ ਵਿਚਾਰੇ, ਕਿਉਂਕਿ ਮੀਡੀਅਮ ਤਬਕਾ ਜਿਹੜਾ ਉਹੀ ਵੋਟ ਪਾਉਂਦਾ ਹੈ, ਲੋਅਰ ਤਬਕਾ ਉਹ ਵੋਟ ਪਾਉਂਦਾ ਹੈ, ਹਾਈ ਸੁਸਾਇਟੀ ਵੋਟ ਘੱਟ ਪਾਉਂਦੀ, ਉਹਨਾਂ ਵਾਸਤੇ ਛੁੱਟੀ ਦੇ ਦਿਨ ਹੁੰਦਾ। ਇਹ ਜਦੋਂ ਇਹਨਾਂ ਨੂੰ ਕਿਸੇ ਨੂੰ ਦਾਲ ਦੇ ਦਿੱਤੀ ਫਰੀ ਅਤੇ ਕਿਸੇ ਨੂੰ ਆਟਾ ਦੇ ਦਿੱਤਾ ਅਤੇ ਕਿਸੇ ਨੂੰ ਲੂਣ ਦੇ ਦਿੱਤਾ ਅਤੇ ਉਹ ਕਰਕੇ ਤਾਂ ਇੱਦਾਂ ਮਗਰ ਲਾ ਲਿਆ। ਅਤੇ ਕੈਪਟਨ ਨੇ ਥੋੜ੍ਹਾ ਜਿਹਾ ਉਦੋਂ ਉੱਪਰ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਭਾਈ ਚਲੋ ਥੋੜ੍ਹੇ ਯੂਥ ਜਿਹੜਾ ਉਹ ਮਗਰ ਲਾਈਏ, ਸਮਾਰਟਫੋਨ ਲਾਏ ਜਿਹੜੇ ਸੀ ਉਹ ਦੇ ਦੂ ਕੇ ਅੱਗੇ ਮਗਰ ਪਿੱਛੇ ਲਾਏ। ਹੁਣ ਤੀਜੀ ਧਿਰ ਤੋਂ ਇੱਕ ਉਮੀਦ ਬੱਝੀ ਸੀ ਵੀ ਉਹ ਸ਼ਾਇਦ ਪੰਜਾਬ ਵਾਸਤੇ ਵਧੀਆ ਕਰੂਗੀ, ਪਰ ਇਹ ਵਧੀਆ ਕਰ ਰਹੀ ਕਿ ਨਹੀਂ ਕਰ ਰਹੀ ਹੈ ਤੁਸੀਂ ਦੱਸਣਾ। ਆਪਾਂ ਮੰਨ ਕੇ ਚੱਲਦੇ ਹਾਂ ਵੀ ਤੀਜੀ ਧਿਰ ਖੜ੍ਹੀ ਹੈਗੀ ਆ, 300 ਯੂਨਿਟ ਬਿਜਲੀ ਕਹਿੰਦੇ ਜੀ ਫਰੀ ਦੇਵਾਂਗੇ। ਇੱਥੇ
ਉਹ ਕਹਿੰਦੇ ਜੀ 200 ਤੋਂ ਪਹਿਲਾਂ ਦਿੰਦੇ ਅਸੀਂ ਗਰੀਬਾਂ ਨੂੰ ਜਿਹੜੇ ਦਿੰਦੇ ਹਾਂ ਅਤੇ ਉਹ ਕਹਿੰਦੇ ਨਹੀਂ ਜੀ 300। ਫਿਰ ਮਸਲਾ ਉੱਠਿਆ ਜਿਹੜਾ ਕਿ ਕਲੀਅਰ ਕੇਜਰੀਵਾਲ ਨੇ ਕਿਹਾ ਵੀ 300 ਤੱਕ ਫਰੀ ਆ, ਜੇ 301 ਹੋ ਗਈ ਤਾਂ 301 ਦਾ ਹੀ ਬਿੱਲ ਲੱਗਣਾ। ਕਹਿਣ ਤੋਂ ਭਾਵ ਇਹ ਹੈ ਵੀ ਫਿਰ ਤਾਂ ਭਾਈ ਕੁੰਡਾ ਹੁਣ ਆਮ ਐਵਰੇਜ ਕਿੰਨੀ ਕੁ ਬਿਜਲੀ ਖਪਦੀ ਹੈ ਪੰਜਾਬ ਦੇ ਵਿੱਚ, ਹੁਣ ਮੈਨੂੰ ਨਹੀਂ ਪਤਾ ਵੀ ਆਮ ਘਰ ਦੇ ਵਿੱਚ, ਮੈਨੂੰ ਹੁਣ ਯਾਦ ਨਹੀਂ ਵੀ ਇੱਕ ਪਰਿਵਾਰ ਦੇ ਕਿੰਨੇ ਕੁ ਯੂਨਿਟ ਲੱਗਦੇ ਹੋਣਗੇ ਪੰਜਾਬ ਦੇ ਵਿੱਚ। 200-300 ਤੋਂ ਘੱਟ ਲੱਗਦਾ, 300 ਵੱਧ ਜਾਂਦੇ ਨੇ ਇਹਦੀ। ਚਲੋ ਇੱਕ ਗੱਲ ਤਾਂ ਚੰਗੀ ਇਹ ਸੀਗੀ ਵੀ ਲੋਕ ਬਿਜਲੀ ਦੀ ਬੱਚਤ ਕਰਨ ਲੱਗ ਜਾਣਗੇ, ਬਿਜਲੀ ਘੱਟ ਫੂਕਣ ਲੱਗ ਜਾਣਗੇ ਅਤੇ 300 ਤੋਂ ਉੱਪਰ ਯੂਨਿਟ ਨਹੀਂ ਜਾਣ ਦੇਣਗੇ ਵਾਹ ਲੱਗਦੀ ਨੂੰ, ਠੀਕ ਹੈ। ਦੂਜਾ ਉਹ ਬਾਅਦ ਦੇ ਵਿੱਚ ਇਹ ਹੈ ਭਗਵੰਤ ਮਾਨ ਨੇ ਕਲੀਅਰ ਕੀਤਾ ਵੀ ਨਹੀਂ ਨਹੀਂ ਅਸੀਂ ਇਹ ਨਹੀਂ ਕਿਹਾ, ਅਸੀਂ ਇਹ ਕਿਹਾ ਵੀ ਜੇ 300 ਤੋਂ ਉੱਪਰ 10 ਯੂਨਿਟਾਂ ਬਣੀਆਂ ਤਾਂ 10 ਯੂਨਿਟਾਂ ਦਾ ਬਿੱਲ ਆਊਗਾ। ਸਭ ਕੁਛ ਨਹੀਂ ਸਮਝ ਆ ਰਿਹਾ ਵੀ ਕੌਣ ਕੀ ਕਹਿ ਰਿਹਾ, ਕੌਣ ਕਿਉਂ ਕਹਿ ਰਿਹਾ, ਕੌਣ ਕਾਹਦੇ ਵਾਸਤੇ ਕਹਿ ਰਿਹਾ, ਕੌਣ ਕਿਹਦੇ ਲਈ ਕਹਿ ਰਿਹਾ, ਕੁਛ ਨਹੀਂ ਸਮਝ ਆ ਰਿਹਾ। ਸੋ ਕੁੱਲ ਮਿਲਾ ਕੇ ਓਵਰਆਲ 2-3 ਦਿਨ ਦੀ ਜਿਹੜੀ ਰਾਜਨੀਤੀ ਦੀ ਆਪਾਂ ਅੱਜ ਗੱਲ ਕਰਨੀ ਹੈ, ਖਾਸ ਤੌਰ 'ਤੇ ਜਿਹੜੀ ਆ ਫਰੀ ਦਾ ਲੋਲੀਪੋਪ ਦਿੰਦੇ ਨੇ ਵੀ ਅਸੀਂ ਆਹ ਫਰੀ ਦੇ ਦਾਂਗੇ, ਅਤੇ ਉਹ ਕਿੰਨਾ ਕੁ ਪੰਜਾਬੀਆਂ ਵਾਸਤੇ ਸਿਹਤ ਵਾਸਤੇ ਵੀ ਕਿੰਨਾ ਕੁ ਸਹੀ ਹੈ, ਕਿੰਨਾ ਕੁ ਨੁਕਸਾਨ ਹੈ, ਨੰਬਰ 1 ਪੰਜਾਬੀਆਂ ਵਾਸਤੇ, ਨੰਬਰ 2 ਸਭ ਤੋਂ ਵੱਡੀ ਗੱਲ ਪੰਜਾਬ ਵਾਸਤੇ ਇਹ ਚੀਜ਼ਾਂ ਕਿੰਨੀਆਂ ਕੁ ਲਾਹੇਵੰਦ ਨੇ ਜਿਹੜੀਆਂ ਇਹ ਸ਼ੁਰੂ ਹੋਈਆਂ ਨੇ ਪੰਜਾਬ ਦੇ ਵਿੱਚ। ਮਤਲਬ ਕਹਿਣ ਦਾ ਇਹ ਹੈ, ਮੇਰੀ ਜਿੰਨੀ ਕੁ ਸੋਚ ਹੈ, ਚਲੋ ਬਾਹਲੇ ਨਹੀਂ ਹੋ ਸਕਦੀ ਵਧੀਆ ਸੋਚ, ਮੇਰੀ ਸੋਚ ਇਹ ਹੈ ਵੀ ਤੁਸੀਂ ਭਾਈ ਬਜਾਏ ਕਿਸੇ ਨੂੰ 5,000 ਦੇਣ ਦੇ, ਉਹਨੂੰ ਇੰਨੇ ਪੈਰ ਥੜੇ ਖੜੇ ਕਰੋ ਵੀ ਉਹ ਮਹੀਨੇ ਦਾ 2,000 ਕਮਾਵੇ। 5,000 ਇੱਕ ਦੇਣ ਲਈ, ਇੱਕ ਵਾਰੀ ਦੇਣ ਨਾਲੋਂ ਉਹਨੂੰ ਥੋੜ੍ਹਾ ਬਹੁਤ ਕੰਮ ਘਰ ਇਹੋ ਜਿਹਾ ਮਿਲੇ। ਇੱਧਰਲੇ ਮੁਲਕਾਂ ਵਾਂਗੂ ਬੰਦਾ, ਇੱਧਰਲੇ ਮੁਲਕਾਂ ਦੀ ਅਸੀਂ ਗੱਲ ਕਰਦੇ ਹਮੇਸ਼ਾ, ਤਾਰੀਫਾਂ ਕਰਦੇ, ਸੈਲਿਊਟ ਕਰਦੇ ਇੱਧਰਲੇ ਸਿਸਟਮ ਨੂੰ, ਚਾਹੇ ਕਿਸੇ ਉਮਰ ਦਾ ਬੰਦਾ ਹੈ, ਚਾਹੇ ਕਿਸੇ ਉਮਰ ਦੀ ਲੇਡੀਜ਼ ਹੈ, ਚਾਹੇ ਉਹ ਪੜ੍ਹੇ ਲਿਖੇ ਚਾਹੇ ਨਹੀਂ ਪੜ੍ਹੇ ਲਿਖੇ, ਚਾਹੇ 0 ਪੜ੍ਹੇ ਲਿਖੇ ਹੈ, ਚਾਹੇ ਅੰਗੂਠਾ ਛਾਪ ਹੈ, ਉਹਨਾਂ ਨੂੰ ਉਹਦੇ ਹਿਸਾਬ ਦਾ ਕੰਮ ਮਿਲ ਜਾਂਦਾ ਇੱਥੇ। ਅਤੇ ਇੱਧਰ ਆਪਾਂ ਕਰਦੇ ਵੀ ਹਾਂ, ਉੱਥੇ ਇੱਕ ਪ੍ਰੋਬਲਮ ਇਹ ਕਰਦੇ ਵੀ ਹੈ ਨਹੀਂ ਅਤੇ ਮਿਲਦਾ ਵੀ ਹੈ ਨਹੀਂ ਕੰਮ। ਸੋ ਕੀ ਤੁਹਾਡੇ ਮੁਤਾਬਕ ਇਹੋ ਜਿਹਾ ਕੁਛ ਕਰਨਾ ਚਾਹੀਦਾ ਕਿ ਬੰਦਿਆਂ ਨੂੰ ਕੰਮ ਮਿਲੇ ਬਿਜਲੀ ਬੱਤੀ ਫਰੀ ਦੇਣ ਨਾਲੋਂ? ਇਹ ਆਪਣਾ ਅੱਜ ਦਾ ਵਿਸ਼ਾ ਹੋਏਗਾ, ਕਾਲ ਕਰਕੇ ਗੱਲ ਕਰ ਸਕਦੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆ ਰਹੇ ਹੋ ਸਮਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜਗਰਾ ਸਿੰਘ ਜੀ। ਜੀ, ਕੀ ਵਿਚਾਰ ਨੇ ਜੀ? ਇਹ ਜਿਹੜੇ ਮੰਤਰੀਆਂ ਚਾਹੇ ਹੋਵੇ ਆਮ ਪਾਰਟੀ ਚਾਹੇ ਕਾਂਗਰਸ, ਚਾਹੇ ਹੋਵੇ ਦੂਸਰੀ ਕੋਈ ਵੀ ਪਾਰਟੀ, ਹਾਂਜੀ, ਇਹ ਪ੍ਰੋਬਲਮ ਕੀ ਆ, ਇਹ ਬੇਹੂ ਬਣਾ ਰਹੇ ਬਿਜਲੀ ਦੇ ਬਿੱਲਾਂ ਨਾਲ, ਇਹਨਾਂ ਨੂੰ ਮਾਫ਼ ਕਰ ਲੈਣ ਦਾ ਕੀ ਗੱਲ, ਉਹਨਾਂ ਨੂੰ ਰੋਟੀ ਮਿਲ ਜੂਗੀ? ਇਹੀ ਤਾਂ ਚੱਕਰ ਹੈ। ਦੂਜਾ ਇਹੋ ਮਤਲਬ ਉਮੀਦ ਨਹੀਂ ਸੀ ਇਹ ਵੀ ਉਸੇ ਰਾਜਨੀਤੀ ਦੇ ਉਤਰਨਗੇ ਵੀ ਭਾਈ ਤੁਸੀਂ ਗੱਲ ਕਰੋ, ਚੰਗੀ ਐਜੂਕੇਸ਼ਨ ਦੀ ਗੱਲ ਕਰੋ, ਚੰਗੀ ਹੈਲਥ ਦੀ ਗੱਲ ਕਰੋ, ਕੰਮਕਾਰ ਦੇਣ ਦੀ ਗੱਲ ਕਰੋ। ਹਾਂਜੀ ਹਾਂਜੀ, ਉੱਥੇ ਹੁਣ ਰੁਜ਼ਗਾਰ ਕੋਈ ਨਹੀਂ ਹੈਗਾ, ਰਾਈਟ? ਜਿਹੜੇ ਪੜ੍ਹੇ ਲਿਖੇ ਆ ਬੰਦੇ ਧੱਕੇ ਖਾ ਰਹੇ ਆ ਜੀ। ਤੁਸੀਂ ਨੌਕਰੀਆਂ ਦੀ ਗੱਲ ਕਰੋ, ਤੁਸੀਂ ਕੋਈ ਇੰਡਸਟਰੀ ਦੀ ਗੱਲ ਕਰੋ ਖੋਲਣ ਦੀ, ਜਾਂ ਤੁਸੀਂ ਕੋਈ ਬੰਦਿਆਂ ਨੂੰ ਕਹੋ ਵੀ ਸਾਡੇ ਤੇ ਜਗਾ ਰਿਹਾ ਗਾ, ਤੁਸੀਂ ਕੋਈ ਰੋਡ ਵੀ ਬਣਾਉਂਦੇ ਆ, ਬਾਹਰਲੀ ਕੰਪਨੀਆਂ ਨੂੰ ਦੇ ਰਹੇ ਆ, ਆਪਣੇ ਬੰਦੇ ਉੱਤੇ ਭੁੱਖੇ ਮਾਰੇ, ਕੋਈ ਵੀ ਕਰਕੇ ਕੋਈ ਵੀ ਕਾਰੋਬਾਰ ਆ। ਬੜੇ ਬੜੇ ਮਾਣ ਨਾਲ ਕਹਿੰਦੇ, ਬੜੇ ਮਾਣ ਨਾਲ ਦਿੱਲੀ ਵਾਲਾ ਹਾਈਵੇ ਬਣ ਰਿਹਾ ਸੀ ਨਾ, ਕਾਫੀ ਲੰਬਾ ਚੌੜਾ ਉਹ ਹਾਈਵੇ, 9-10 ਮੀਲ ਹੈਗਾ ਕਿਲੋਮੀਟਰ, ਬੜੇ ਮਾਣ ਨਾਲ ਦੱਸਦੇ ਸੀਗੇ ਜੀ ਜਾਪਾਨ ਦੀ ਕੰਪਨੀ ਨੂੰ ਠੇਕਾ ਦਿੱਤਾ, ਦੇਖੋ ਟਾਈਮ ਸਿਰ ਪੂਰਾ ਕਰੂਗੇ। ਦੇਖੋ GT ਰੋਡ ਆ ਸਾਰਾ ਬਣਿਆ ਜੀ, ਕਿੱਥੇ ਦਿੱਲੀ ਤੋਂ ਲੈ ਕੇ ਤੌਰ ਤੱਕ ਬਾਹਰ ਦੀ ਕੰਪਨੀ ਬਣਾ ਰਹੀ, ਰਾਈਟ ਜੀ? ਕੀ ਗੱਲ, ਚਲੋ ਇਹ ਜਿਹੜਾ ਇਹਦਾ ਪੱਤਾ ਜਿਹੜਾ ਹੈਗਾ ਜੀ, ਪੱਤਾ ਠੀਕ ਲੱਗਦਾ ਤੁਹਾਨੂੰ? ਫੇਰ ਤਾਂ ਪੱਤੇ ਹੀ ਆ, ਹੁਣ ਉਹ ਆਪਣਾ ਪੱਤਾ ਸੁੱਟ ਦਿੰਦੇ, ਉਹ ਕੋਈ ਦਲਿਤ ਦਾ ਸੁੱਟ ਦਿੰਦਾ, ਕੋਈ ਸੁੱਟ ਦਿੰਦਾ, ਪੱਤੇ ਤਾਂ ਸਾਰੇ ਸੁੱਟਦੇ ਆ, ਐਤਕੀ ਜਾਣੀ ਕਿ ਮੈਂ ਆਉਣਾ ਥਰਡ ਫਰੰਟ, ਜੇ ਉਹ ਚੰਗੀ ਤਰ੍ਹਾਂ ਉਹਨਾਂ ਦੀ ਨੀਤ ਸਾਫ਼ ਹੋਏ, ਉਹਨਾਂ ਦੇ MLA ਸਹੀ ਹੋਣ, ਆ ਸਕਦੇ ਆ, ਤੇ ਦੋਨਾਂ ਪਾਰਟੀਆਂ ਤੋਂ ਖਫਾ ਹੋ ਚੁੱਕੇ ਲੋਕ। ਆਪਸ਼ਨ ਵੀ ਕੋਈ ਚੰਗੀ ਚਾਹੀਦੀ ਨਾ, ਆਪਸ਼ਨ ਵੀ ਚੰਗੀ ਚਾਹੀਦੀ ਆ। ਹੁਣ ਤਾਂ ਸਿੱਧੂ ਵਾਲਾ ਊਠ ਦੇਖੋ ਕਿਸ ਕਾਰਵਟ ਬਹਿੰਦਾ, ਉਹਦੇ ਊਠ 'ਤੇ ਲੱਗਦਾ, ਉਹਦੇ ਊਠ ਦੇ ਦੁਆਲੇ ਕੋਈ ਲੋਕ ਆਉਣਗੇ ਜਾਂ ਨਹੀਂ, ਉਹ ਤੁਹਾਨੂੰ ਤਾਂ ਸਮਾਂ ਦੱਸੂਗਾ। ਪਰ ਅਸੀਂ ਜਿਹੜੀ ਇਹਦੀ ਗੱਲ ਕਰਦੇ ਹਾਂ ਜੀ, ਵੀ ਇਹਨੇ ਚੰਡੀਗੜ੍ਹੋਂ ਆ ਕੇ ਦਿੱਲੀਓਂ ਆ ਕੇ ਚੰਡੀਗੜ੍ਹ ਐਲਾਨ ਕੀਤਾ ਹੈ ਕਿ ਇਹ 300 ਇਹਨੇ ਬਿਜਲੀ ਕਹੀ, ਤਾਂ ਇਹ ਹੁਣ ਕੈਪਟਨ ਨਹੀਂ ਕਰ ਸਕਦਾ, ਕੈਪਟਨ ਕੋਲ ਹੈਗਾ ਇਹ 6 ਮਹੀਨੇ, 300 ਯੂਨਿਟ ਵੀ ਕਰ ਦਿੱਤਾ, ਪਰ ਇਹਨਾਂ ਨੂੰ ਥੋੜ੍ਹੀਆਂ ਹੋਰ ਆਪਸ਼ਨਾਂ ਰੱਖਣੀਆਂ ਚਾਹੀਦੀਆਂ ਸੀਗੀਆਂ। ਸਿਰਫ ਇਹ ਨਹੀਂ ਹੈਗਾ ਵੀ ਉਹ ਇੱਕ ਦੂਜੇ ਦੇ ਜਿੱਦਾਂ ਲਾਈ ਲੱਗ ਆਈ ਹੋਈ,
ਮੈਂ 100 ਯੂਨਿਟ ਦਿੰਦਾ, 200 ਯੂਨਿਟ, 300, ਉਹਨੂੰ ਪੁੱਛਣਾ ਸਿਰਫ ਇਹ ਬੰਦੇ ਆ ਜਿਹੜੇ ਪੰਜਾਬ ਦੇ ਬਿਜਲੀ ਦੇ ਕੰਮ ਕਰਦੇ ਹੋਣਗੇ ਕੰਮ ਇਹਨਾਂ ਨੂੰ? ਅਜੇ ਵੀ ਲੀਡਰ ਪੰਜਾਬੀਆਂ ਨੂੰ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ 'ਤੇ ਅਤੇ ਨਾਲ ਸੇਵਿਆਂ ਦੀਆਂ ਕੰਧਾਂ ਉੱਚੀਆਂ ਕਰਾਤੀਆਂ, ਪੱਖੇ ਕਰਾਤੇ, ਸੇਵਿਆਂ 'ਚ ਵਾਈਫਾਈ ਲਾ 'ਤੇ, ਇਹਦੇ ਪਿੱਛੇ ਲਾਈ ਫਿਰਦੇ ਨੇ। ਚਲੋ ਮਿਹਰਬਾਨੀ ਮਨਜੀਤ ਸਿੰਘ, ਉਹੀ ਤਾਂ ਕੰਮ ਆ। ਹਾਂਜੀ, ਉਹਨਾਂ ਨੂੰ ਇਹ ਨਹੀਂ ਦੱਸ ਰਿਹਾ ਵੀ ਤੁਹਾਨੂੰ ਜੋਬਾਂ ਕਿੰਨੀਆਂ ਜਾਂ ਤੁਹਾਨੂੰ ਪੜ੍ਹਾਈ ਐਜੂਕੇਸ਼ਨ ਜਾਂ ਤੁਹਾਨੂੰ ਕੀ ਸਹੂਲਤਾਂ ਆ, ਜਿਹੜੇ ਆਪਣੇ ਸ਼ੇੜੀ ਬੰਦੇ ਉਹਨਾਂ ਨੂੰ ਕਿਸੇ ਤਰ੍ਹਾਂ ਸੁਧਾਰੋ। ਜੀ ਜੀ, ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ ਜੀ। 516, ਹਾਂਜੀ, ਸਤਿ ਸ਼੍ਰੀ ਅਕਾਲ ਜੱਗੀ ਜੀ, ਮੈਂ ਰਾਜ ਬੋਲ ਰਿਹਾ। ਹਾਂਜੀ ਰਾਜ, ਤੇ ਮੈਂ ਇਹ ਚਾਹੁੰਦਾ ਜੀ ਕਿ ਇਹ ਐਟਲੀਸਟ ਅਕਾਲੀ ਤੇ ਕਾਂਗਰਸ 500 ਲੜੇ ਹੈਗੇ, 500 ਤੁਸੀਂ ਆ ਜਾਓ, 500 ਬਾਅਦ ਮੈਂ ਆ ਜਾਵਾਂਗਾ। ਜੇ ਕੇਜਰੀਵਾਲ ਨੂੰ ਚਾਂਸ ਦੇਣਾ ਚਾਹੀਦਾ, ਬਿਲਕੁਲ ਚਾਂਸ ਦੇਣਾ ਚਾਹੀਦਾ। ਦਿੱਲੀ ਵਿੱਚ ਉਹਨੇ ਬਹੁਤ ਕੁਛ ਕੀਤਾ, ਅਗਰ ਨਾ ਕੀਤਾ ਹੁੰਦਾ ਤੇ ਸੈਕਿੰਡ ਟਾਈਮ ਉਹ ਨਹੀਂ ਜਿੱਤਣਾ ਉਹਨੇ, 5 ਸਾਲ ਵਾਸਤੇ ਦੁਬਾਰਾ ਜਿੱਤਿਆ। ਤੇ ਜਿਹੜੀ ਬਿਜਲੀ ਦੀ ਗੱਲ ਰਹੀ ਹੈ, ਜਿਹੜੀ ਗਰੀਬਾਂ ਨੂੰ ਜਿਹੜੀ ਬਿਜਲੀ ਹੈ ਉਹ 200 ਤੋਂ ਘੱਟ ਯੂਨਿਟ ਅਕਸਰ ਹੋਏਗੀ ਉਹਨਾਂ ਦੀ, ਕਿਉਂਕਿ ਪਹਿਲਾਂ ਇਹਨੇ ਕਿਹਾ ਕੇਜਰੀਵਾਲ ਨੇ ਕਿ ਜਿਹੜੇ ਪੁਰਾਣੇ ਮੀਟਰ ਲੱਗੇ ਹੈ ਜਿਹਨਾਂ ਦੇ ਨਾਲ ਉਹਨਾਂ ਦਾ ਬਿੱਲ ਬਹੁਤ ਵੱਡਾ ਵੱਡਾ ਆ ਰਿਹਾ, ਹਾਲਾਂਕਿ 1 ਜਾਂ 2 ਬਲਬ ਜਲਾ ਰਹੇ ਹੈ, ਉਹ ਸਾਰੇ ਠੀਕ ਕਰਨਗੇ, ਉਹਨਾਂ ਨੂੰ ਸਾਰਿਆਂ ਨੂੰ ਮਾਫ਼ ਕੀਤਾ ਜਾਏਗਾ ਪਹਿਲਾਂ ਜਿਹੜੇ ਉਹਨਾਂ ਦੇ ਬਿੱਲ ਪੁਰਾਣੇ ਲੰਬੇ ਲੰਬੇ ਬਣੇ ਹੈ। ਇਹ ਬਿਲਕੁਲ ਬਹੁਤ ਰਾਜ ਜੀ, ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ। ਨਾਲ ਉਹਨੇ ਇਹ ਵੀ ਕਿਹਾ ਵੀ ਉਹ 200 ਜਿਹੜਾ ਯੂਨਿਟ ਉੱਤੇ ਰਹੇਗਾ, ਇਹਨੇ 100 ਹੋਰ ਮਿਲ ਜਾਏਗਾ ਉਹਨਾਂ ਨੂੰ। ਪਰ ਜਿਹੜੀ ਕਿ ਅਸੀਂ ਮੇਰੇ ਆਪਾਂ ਗੱਲ ਕਰਦੇ, ਜਿਹੜੀ ਆਪਾਂ ਬਾਹਰਲੇ ਲੋਕ ਚਿੰਤਤ ਨੇ, ਉਹ ਇਸ ਵਾਸਤੇ ਚਿੰਤਤ ਨਹੀਂ ਹੈਗੇ। ਚਿੰਤਤ ਹੈਗੇ ਵੀ ਪੰਜਾਬ ਬਾਰੇ, ਪੰਜਾਬ ਦੇ ਸਿਸਟਮ ਬਾਰੇ, ਜਾਂ ਉਹਦੇ ਬਾਰੇ ਕੀ ਵਿਚਾਰ ਨੇ ਉਹਨਾਂ ਦੇ? ਮਤਲਬ 300 ਤੋਂ ਉੱਪਰ ਜਿਹੜੇ ਕਹਿ ਰਹੇ ਨੇ, 1 ਹੋਜੇਗਾ, 2 ਹੋਜੇਗਾ, ਉਹ ਦੇਖੋ ਜਿਹੜੇ 300 ਤੋਂ ਉੱਪਰ ਜਿਹੜੇ ਹੋਣਗੇ ਉਹ ਪੈਸੇ ਵਾਲੇ ਹੋਣਗੇ, ਥੋੜੇ ਖਾਂਦੇ ਪੀਂਦੇ ਹੋਣਗੇ, ਉਹ ਅਫੋਰਡ ਕਰ ਸਕਦੇ ਹੈ। ਤੇ ਜਿਹੜੇ ਇਹ ਤਬਕਾ ਹੋਏਗਾ ਉਹਨਾਂ ਨੂੰ ਫਾਇਦਾ ਹੋਏਗਾ, ਪੱਕਾ ਹੋਏਗਾ। ਹਾਂਜੀ, ਸਰਦਾਰ ਗੁਰਦੀਪ ਸਿੰਘ ਜੀ, ਸੰਦਰ ਸਾਹਿਬ। ਹਾਂਜੀ ਜੱਗੀ ਸਾਹਿਬ, ਸਾਡੇ ਪੰਜਾਬ ਚੋਂ ਕਦੇ ਵੀ ਕਿਸੇ ਵੀ ਸੰਸਥਾ ਨੇ ਇਸ ਦੇ ਵਿਰੁੱਧ ਬਹੁਤ ਹੀ ਘੱਟ ਆਵਾਜ਼ ਉਠਾਈ ਹੈ ਕਿ ਸਾਨੂੰ ਮੁਫ਼ਤ ਦੇ ਫੋਨ, ਚਾਹ ਪੱਤੀ, ਅਨਾਜ, ਖੰਡ ਕੁਝ ਵੀ ਨਹੀਂ ਚਾਹੀਦਾ। ਸਾਨੂੰ ਰੁਜ਼ਗਾਰ ਦਿਓ, ਸਾਨੂੰ ਤਰਕੀਬਾਂ ਦੱਸੋ ਰੁਜ਼ਗਾਰ ਵਧਾਉਣ ਲਈ, ਸਕੂਲਾਂ ਦੇ ਸੁਧਾਰ ਲਈ, ਸਿਹਤ ਸੇਵਾਵਾਂ ਲਈ, ਸੜਕਾਂ ਬਿਹਤਰ ਬਣਾਉਣ ਲਈ ਤੁਹਾਡੇ ਕੋਲ ਕੀ ਕੀ ਯੋਜਨਾਵਾਂ ਹਨ? ਜੀ, ਸੂਬੇ ਦੀ ਆਮਦਨ ਵਿੱਚ ਵਾਧਾ ਕਿਵੇਂ ਕਰ ਸਕਦੇ ਹੋ? ਜਿਹੜੀ ਵੀ ਸਰਕਾਰ ਇੰਜ ਦੇ ਵਿਜ਼ਨ ਨਹੀਂ ਦਿੰਦੀ ਜਾਂ ਵਾਅਦਿਆਂ ਤੋਂ ਮੁਕਰਦੀ ਹੈ, ਤਾਂ ਉਸ ਸਰਕਾਰ ਦੇ ਨੁਮਾਇੰਦਗੀ ਕਰਨ ਵਾਲਿਆਂ ਨੂੰ ਐਸਾ ਸਬਕ ਸਿਖਾਓ ਹਰ ਵਾਰ ਉਹਨਾਂ ਦੀਆਂ ਜਮਾਨਤਾਂ ਐਕਸੈਪਟ ਹੋ ਜਾਣ ਤੇ ਰਾਜਨੀਤੀ ਚੋਂ ਉਹਨਾਂ ਨੂੰ ਬਾਹਰ ਹੋਣਾ ਪਵੇ। ਬਿਲਕੁਲ। ਬਾਕੀ ਰਹੀ ਗੱਲ, ਮਾੜੇ ਸਿੰਘ ਸਾਹਿਬ, ਸੋਰੀ, ਮਾੜਾ ਹੋਟਕ ਮਾਫੀ ਚਾਹੁੰਦਾ, ਫਿਰ ਗੱਲਾਂ ਕੱਟ ਜਾਂਦੀਆਂ ਨੇ। ਇਹ ਵੀ ਅੱਛਾ, ਕਿਹੜੀ ਸੀਗੀ ਸੰਦਰ ਸਾਹਿਬ ਦੀ ਕਾਲ? ਜੀ ਜੀ ਸੰਦਰ ਸਾਹਿਬ, ਕੰਟੀਨਿਊ ਕਰਿਓ, ਮੈਂ ਸੋਰੀ। ਚੰਗੀ ਗੱਲ ਚੋਗਾ ਪਾਉਣੇ, ਪਰ ਬਾਲੇ ਕਈ ਲੋਕ ਇਹ ਕਹਿੰਦੇ ਵੀ ਪੰਛੀਆਂ ਨੂੰ ਅਸੀਂ ਚੋਗਾ ਪਾ ਕੇ ਉਹਨਾਂ ਨੂੰ, ਜਿਹੜੇ ਕੁਦਰਤ ਨੇ ਬਖਸ਼ਿਆ ਹੈਗਾ ਵੀ ਉਹਨੇ ਆਪਣਾ ਚੋਗਾ ਕੁਦਰਤ ਨੇ ਚੋਗਾ। ਹਾਂਜੀ, ਚੋਗਾ ਚੁਗਣਾ ਭੁੱਲ ਜਾਣਗੇ ਕਿਸੇ ਦਿਨ, ਉਹਨਾਂ ਨੂੰ ਮਿਹਨਤ ਕਰਨੀ। ਹੁਣ ਜਿੰਨਾ ਤੁਸੀਂ ਰਾਸ਼ਨ ਫ੍ਰੀ ਦਓਗੇ, ਆਹ ਵੀ ਫ੍ਰੀ, ਆਹ ਵੀ ਫ੍ਰੀ, ਲੋਕਾਂ ਨੇ ਕੰਮ ਕਰਨਾ ਛੱਡ ਦੇਣਾ। ਤੁਸੀਂ ਜੋਬਾਂ ਦਿਓ, ਤੁਸੀਂ ਹੋਰ ਚੀਜ਼ਾਂ ਦੇ ਉਹਨਾਂ ਦੇ ਵਿਜ਼ਨ ਦੱਸੋ ਕਿੱਦਾਂ ਤੁਸੀਂ। ਮਤਲਬ ਇਹ ਠੀਕ ਹੈ ਜੀ, ਬਿਜਲੀ ਦੀ ਫ੍ਰੀ ਦਿੰਦੇ, ਵਧੀਆ ਗੱਲ, ਸਾਰੇ ਪੰਜਾਬ ਨੂੰ ਚੰਗੀ ਗੱਲ ਹੈ। ਨਹੀਂ ਤਾਂ ਆਮ ਤੌਰ 'ਤੇ ਇਹ ਸੀਗਾ ਜੀ, ਕਿਸਾਨਾਂ ਨੂੰ ਜਿਹੜੇ ਟਿਊਬਵੈੱਲਾਂ ਦੀ ਅਸੀਂ ਗੱਲ ਕਰਦੇ ਸੀ, ਕੁਨੈਕਸ਼ਨਾਂ ਦੀ ਗੱਲ ਕਰਦੇ ਸੀ, ਬਿਜਲੀ ਫ੍ਰੀ ਦੀ, ਪਿਛਲੀ ਬਿਜਲੀ ਫ੍ਰੀ ਦੀ ਗੱਲ ਕਰਦੇ ਹਾਂ, ਉਹਦਾ ਲਾਹਾ ਕਈ ਵਾਰੀ ਜਿਹੜਾ ਡਿਜ਼ਰਵ ਕਰਦਾ, ਜਿਹਨੂੰ ਜ਼ਰੂਰਤ ਹੈ ਉਹਨੂੰ ਨਹੀਂ ਮਿਲਦਾ, ਬਾਕੀ ਬੰਦੇ ਲੈ ਜਾਂਦੇ ਆ ਜਿਹਨਾਂ ਨੂੰ ਲੋੜ ਨਹੀਂ। ਇਹਦਾ ਤਾਂ ਇੱਦਾਂ ਸੀ ਕਿ ਕੈਟਾਗਰੀਆਂ ਬਣਾਉਂਦੇ ਕਿ ਜਿਹੜੇ ਪ੍ਰੋਫੈਸਰ ਆ ਚੰਗੀਆਂ ਜੋਬਾਂ ਲੈਂਦੇ ਉਹਨਾਂ ਨੂੰ ਬਈ $300 ਕਿਉਂ ਮਾਫ਼, ਉਹਨਾਂ ਦੇ ਬਦਲੇ 500 ਗਰੀਬਾਂ ਨੂੰ ਮਾਫ਼ ਕਰਦੇ ਜਿਹੜੇ ਘੱਟ ਆਮਦਨ ਵਾਲੇ ਆ। ਉੱਥੇ ਸੁੰਦਰ ਸਾਹਿਬ ਪ੍ਰੋਬਲਮ ਇੱਕ ਇਹ ਵੀ ਹੈ, ਆਮਦਨ ਦਾ ਵੀ ਕੋਈ ਮੀਟਰ ਹੈ ਨਹੀਂ ਨਾ ਇੱਧਰ, ਤਾਂ ਹੁਣ ਅਸੀਂ ਇੱਧਰ ਅਸੀਂ ਜੋ ਮਰਜ਼ੀ ਚਾਹੇ ਬੰਦਾ ਨਹੀਂ, ਉਹ ਸਿੱਧੂ ਸਾਹਿਬ ਤਾਂ ਰੌਲਾ ਪਾਉਂਦੇ ਚੱਲ ਗਏ, ਇਹਨਾਂ ਕੋਲ ਨਾ ਕੋਈ ਰਜਿਸਟਰ ਆਵੇ ਆਮਦਨ ਕਿੰਨੀ ਹੁੰਦੀ ਆ ਕਿੰਨੀ ਜਾਂਦੀ ਆ, ਕੋਈ ਹੈ ਨਹੀਂ ਆਵਾ ਹੀ ਉੱਤੇ ਆ। ਮੈਨੂੰ ਤਾਂ ਸਿਰਫ ਸਿੱਧੂ ਤੇ ਯਕੀਨ ਆ ਕਿ ਉਹ ਕਰੂਗਾ ਜੇ ਕੁਛ ਨਾ ਕੁਛ ਜੇ ਉਹਨੂੰ ਬਣਾ ਦੇਣ ਤਾਂ, ਬਾਕੀ ਤਾਂ ਕੋਈ ਸਿੱਧੂ ਦੇਖੋ ਮੇਰੇ ਖਿਆਲ ਧਿਰ ਬਣਾਉਂਦਾ ਹੁਣ ਆਪਣੀ ਤੀਜੀ ਜਾਂ ਕੀ ਕਰਦਾ,
ਪਰ ਕਾਂਗਰਸ ਜੇ ਰਿਹਾ ਤਾਂ ਕਾਂਗਰਸ ਦੇ ਵਿੱਚ ਨਹੀਂ ਸੂਟ ਲੱਗਦਾ। ਅਜੇ ਤੱਕ ਤਾਂ ਉਹ ਠੀਕ ਹੀ ਚੱਲ ਰਿਹਾ ਆਪਣੀ ਲਾਈਨ ਤੇ, ਜੇ ਉਹ ਨਹੀਂ ਬਣਾਉਂਦੇ ਤਾਂ ਉਹਨਾਂ ਦੀ ਗਲਤੀ ਹੈ, ਪਰ ਸਿੱਧੂ ਕਰੇਗਾ ਬਿਲਕੁਲ ਕਰੇਗਾ ਜੇ ਉਹ ਆ ਗਿਆ। ਮਿਹਰਬਾਨੀ ਬਹੁਤ ਮਿਹਰਬਾਨੀ ਜੀ ਸੁੰਦਰ ਸਾਹਿਬ, ਬਹੁਤ ਮਿਹਰਬਾਨੀ। ਨਾਲ ਨਾਲ ਬ੍ਰੇਕ ਦਾ ਸਮਾਂ ਹੋ ਗਿਆ, ਬ੍ਰੇਕ ਤੋਂ ਬਾਅਦ ਫਿਰ ਕਾਲਾਂ ਦਾ ਸਿਲਸਿਲਾ ਜਿਹੜਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਜੀ। ਗੱਲ ਚੱਲ ਰਹੀ ਹੈ ਪੰਜਾਬ ਦੀ, ਪੰਜਾਬ ਦੀ ਪੰਜਾਬੀਅਤ ਦੀ ਹਮੇਸ਼ਾ ਗੱਲ ਕਰੀਦੀ ਹੈ। ਖਾਸ ਤੌਰ 'ਤੇ ਸਾਡੇ ਦਰਸ਼ਕ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਨੇ ਬਹੁਤ ਚਿੰਤਤ ਨੇ ਪੰਜਾਬ ਵਾਸਤੇ, ਔਰ ਪੰਜਾਬ ਵਾਸਤੇ ਬਹੁਤ ਕਰ ਵੀ ਰਹੇ ਨੇ। ਅਗਰ ਪੰਜਾਬ ਦੀ ਤਰੱਕੀ ਦੀ ਗੱਲ ਕਰੀਏ, ਪੰਜਾਬ ਦੇ ਵਿਕਾਸ ਦੀ ਗੱਲ ਕਰੀਏ, ਸਭ ਤੋਂ ਵੱਧ ਯੋਗਦਾਨ ਬਾਹਰਲੇ ਮੁਲਕਾਂ ਵਿੱਚ ਰਹਿਣ ਵਾਲੇ ਭੈਣਾਂ ਭਰਾਵਾਂ ਦਾ ਹੈਗਾ ਸਰਕਾਰ ਨਾਲੋਂ ਜ਼ਿਆਦਾ। ਕੀ ਵਿਚਾਰ ਨੇ, ਬ੍ਰੇਕ ਤੋਂ ਬਾਅਦ ਗੱਲ ਕਰਾਂਗੇ, ਦੇਖਦੇ ਹਾਂ ਜਸ ਪੰਜਾਬ ਜੀ ਹਾਜ਼ਰ ਇੱਕ ਵਾਰ ਫਿਰ ਤੇ ਨਾਲ ਦੀ ਨਾਲ ਕੱਲਾਂ ਵਾਲੇ ਪਾਸੇ ਚੱਲਦੇ ਆਪਾਂ, ਤੁਹਾਡੇ ਵਿਚਾਰ ਜਾਣਦੇ ਹਾਂ ਕੀ ਨੇ ਤੁਹਾਡੇ ਵਿਚਾਰ। ਗੱਲ ਰਾਜਨੀਤੀ ਦੀ ਅੱਜ ਕਰ ਰਹੇ ਹਾਂ ਕਿ ਪੰਜਾਬੀਆਂ ਨੂੰ ਜਿਹੜਾ ਪੰਜਾਬ ਨੂੰ ਪੰਜਾਬੀਆਂ ਨੂੰ ਫਰੀ ਦੀ ਚਾਰਟ 'ਤੇ ਜਿਹੜੇ ਲਾਉਂਦੇ ਨੇ ਪਾਰਟੀਆਂ ਸਾਰੀਆਂ, ਇਹਨਾਂ ਦੇ ਨਾਲ ਫਰੀ ਦੀ ਚੀਜ਼ ਚਲੋ ਦੇਣੀ ਹੈ ਦਿਓ, ਜਿਹੜੀ ਦੇਣੀ ਹੈ ਉਹਦਾ ਅਸੀਂ ਵਿਰੋਧ ਨਹੀਂ ਕਰਦੇ, ਪਰ ਨਾਲ ਅਸਲ ਬੇਸਿਕ ਜ਼ਰੂਰਤ ਜਿਹੜੀ ਹੈਗੀ ਪੰਜਾਬ ਦੀ ਉਹਦੇ ਬਾਰੇ ਕੀ ਕਰਨਾ ਚਾਹੀਦਾ, ਇਹ ਵਿਚਾਰ ਨੇ ਆਪਣੇ ਕਿ ਫਰੀ ਦੀਆਂ ਚੀਜ਼ਾਂ ਨਾਲ ਕਿੰਨੇ ਕੁ ਪੰਜਾਬੀ ਖੁਸ਼ ਹੁੰਦੇ ਨੇ। ਵੈਸੇ ਤਾਂ ਫਰੀ ਦੀ ਚੀਜ਼ ਤਾਂ ਆਪਾਂ ਗੱਲ ਕਰਦੇ ਹੁੰਦੇ, ਕੁਛ ਵੀ ਮਿਲ ਜਾਏ ਤਾਂ ਬੰਦਾ ਛੱਡਦਾ ਨਹੀਂ ਹੈਗਾ। ਕਾਲਾਂ ਲੈਂਦੇ ਅਗਲੀਆਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਔਨ ਏਅਰ ਤੁਸੀਂ। ਸਤਿ ਸ਼੍ਰੀ ਅਕਾਲ ਜੀ ਸਰ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਜੀ? ਮਨਪ੍ਰੀਤ ਜੀ ਗੱਲ ਬੋਲਦਾ ਜੀ, ਕੈਨੇਡਾ ਜੀ। ਗਿੱਲ ਸਾਹਿਬ, ਹਾਂਜੀ, ਕੀ ਵਿਚਾਰ ਨੇ? ਗਿੱਲ ਸਾਹਿਬ ਸਵਾਗਤ ਹੈ ਜੀ। ਹਾਂਜੀ, ਤੁਹਾਡੇ ਵਿਚਾਰ ਚੱਲ ਰਹੇ ਜੀ ਕੇਜਰੀਵਾਲ ਬਾਰੇ, ਕੈਨੇਡਾ ਉਹਨਾਂ ਨੇ ਬਿਜਲੀ ਫਰੀ ਦਾ ਹਾਂਜੀ ਗੱਲ ਕੀਤੀ ਹੈ। ਵੈਸੇ ਜੀ ਇਹਨੂੰ ਬਿਜਲੀ ਫਰੀ ਦੀ ਗੱਲ ਕਰੀਏ ਕੋਈ ਵਾਜਬ ਤਾਂ ਹੈ ਨਹੀਂ, ਪਰ ਪੰਜਾਬ ਦੇ ਮੈਦਾਨ ਵਿੱਚ ਆਉਣ ਲਈ, ਪੰਜਾਬ 'ਚ ਇਲੈਕਸ਼ਨ ਲੜਨ ਲਈ ਇਹ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹੈ। ਇਹ ਪੁਆਇੰਟ ਤੁਹਾਡਾ ਪਤਾ ਕੀ ਹੈ ਜੀ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਆਦਤ ਰਚੀ ਪਈ ਆ, ਇਹ ਆਦਤ ਯੂਸ ਟੂ ਹੋਏ ਪਏ ਆ ਜੀ, ਯੂਸ ਟੂ ਹੋਏ ਪਏ। ਹੁਣ ਵੋਟਰਾਂ ਦੇ ਬਿੱਲ ਮਾਫ ਆ ਜੀ, ਕੋਈ ਵੀ ਪਾਰਟੀ ਅਸੀਂ ਕੋਈ ਜ਼ਰੂਰਤ ਕਰ ਸਕਦੀ ਹੈ, ਕਹਿਣ ਲੱਗੀ ਵੀ ਅਸੀਂ ਜੀ ਬਿੱਲ ਲਾਵਾਂਗੇ ਪਰ ਤੁਹਾਡੀ ਅਸੀਂ ਇਨਕਮ ਵਧਾਵਾਂਗੇ, ਕੋਈ ਗੱਲ ਨਹੀਂ ਕਰ ਸਕਦੇ, ਉਹ ਮਾਫ ਹੀ ਰਹਿਣਗੇ, ਕੋਈ ਸਰਕਾਰ ਨਹੀਂ ਲਾ ਸਕਦੀ ਜੀ। ਠੀਕ ਹੈ ਜੀ, ਬਿਲਕੁਲ। ਜੇ ਹੁਣ ਮੰਨ ਲਓ ਤੁਸੀਂ ਇਹ ਗੱਲ ਕੇਜਰੀਵਾਲ ਨੇ ਕਹੀ ਹੈ ਵੀ 300 ਯੂਨਿਟ ਮਾਫ ਆ, ਅਸੀਂ ਪਰ ਤੁਹਾਨੂੰ ਮਾਫ ਨਹੀਂ ਦੇਵਾਂਗੇ, ਪਰ ਤੁਹਾਨੂੰ ਅਸੀਂ ਵਿਜੀਬਲ ਕਰਾਂਗੇ, ਕੋਈ ਇਨਕਮ ਸੋਰਸ ਕਿਸੇ ਨੇ ਨਹੀਂ ਮੰਨਣਾ, ਕਿਸੇ ਨੇ ਨਹੀਂ ਮੰਨਣਾ, ਕਿਸੇ ਨੇ ਨਹੀਂ ਮੰਨਣਾ, ਕਿਉਂਕਿ ਇਸ ਮੈਦਾਨ ਦੇ ਵਿੱਚ ਆਉਣ ਲਈ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਜ਼ਰੂਰੀ, ਇਹਨੂੰ ਆਪਾਂ ਗਲਤ ਨਹੀਂ ਕਹਿ ਸਕਦੇ। ਇੱਕ ਵਾਰੀ ਤਾਂ ਦੇਖੋ ਜੀ, ਸਾਡੇ ਪੰਜਾਬੀਆਂ ਨੂੰ ਵੀ ਹੁਣ ਚਾਹੀਦਾ ਵੀ ਥੋੜ੍ਹਾ ਜਿਹਾ ਚੇਂਜ ਓਵਰ ਕਰਕੇ ਦੇਖਣਾ ਚਾਹੀਦਾ। ਹਾਂ, ਪਰ ਜੇ ਉਹ ਤਾਂ ਹੁਣ ਗਾਂਧੀ ਗੱਲ ਹੈ ਵੀ ਫਿਊਚਰ 'ਚ ਉਹ ਕੀ ਕਰਦੇ ਨੇ, ਕੀ ਇਨਕਮ ਸੋਰਸ ਬਣਾਉਂਦੇ ਆ, ਕੋਈ ਇੰਡਸਟਰੀ ਲਿਆਉਂਦੇ ਆ, ਕੀ ਕਰਦੇ ਆ ਨਾ, ਪਰ ਜਿਹੜੀ ਇਹ ਚੀਜ਼ਾਂ ਦੇ ਵਾਅਦੇ, ਇਹਨੂੰ ਆਪਾਂ ਗਲਤ ਨਹੀਂ ਕਹਿ ਸਕਦੇ, ਚੀਜ਼ਾਂ ਕਰਨੀਆਂ ਪੈਣੀਆਂ। ਇਹ ਜਿਹੜਾ ਭਾਜੀ ਕਿਹਾ ਨਾ ਵੀ ਉਹਨਾਂ ਨੇ ਕਿ 301 ਅਗਰ ਯੂਨਿਟ ਹੋ ਗਿਆ ਤਾਂ ਸਾਰੇ ਦਾ ਬਿੱਲ ਲੱਗੂਗਾ, ਉਹਦੀ ਬਜਾਏ ਇਹ ਕਰ ਦੇਣ ਵੀ 300 ਤੋਂ ਉੱਪਰ ਜਿਹੜਾ ਹੋਊਗਾ ਉਹਦਾ ਡਬਲ ਲੱਗੂਗਾ। ਜੇ $9 $11 ਹੈ, ₹11 ਹੈਗੇ ਯੂਨਿਟ ਦੇ, ਤਾਂ 22 ਲੱਗਣਗੇ। ਉੱਪਰ ਵੀ ਐਂ ਆ ਜੀ, ਜੇ 201 ਹੋ ਜਾਂਦਾ ਤੇ 200 ਤੁਹਾਨੂੰ ਪੇ ਕਰਨਾ ਪੈਂਦਾ ਜੀ। ਅੱਛਾ, ਪਹਿਲਾਂ ਵੀ ਆਈ ਆ। ਹਾਂਜੀ, ਪਰ ਜੇ ਆਲਰੇਡੀ ਇਹ ਆਪਣੀ ਗਰੀਬ ਜਨਤਾ ਦੀ ਗੱਲ ਕਰੀਏ, ਇੱਕ ਬਲਬ ਤੇ ਇੱਕ ਪੱਖਾ 200 ਤੋਂ ਉੱਪਰ ਨਹੀਂ ਜਾਂਦਾ ਜੇ ਨਾਰਮਲੀ ਯੂਜ਼ ਕਰਦੇ ਆ, ਲੈ ਜਾਂਦਾ ਦੇਖਣਾ ਹੀ ਤਾਂ ਗੱਲ ਬਾਤ ਆ। ਜੇ ਇੱਕ ਪੱਖਾ ਮੰਨ ਲਓ ਇੱਕ ਬਲਬ ਆਪਣੇ ਘਰ ਦੇ ਵਿੱਚ 200 ਯੂਨਿਟ ਤੋਂ ਥੱਲੇ ਆ ਜਾਂਦਾ ਜੀ, ਮੈਦਾਨ ਚੋਣਾਂ ਬਹੁਤ ਵੱਡੀ ਗੱਲ ਹੈ। ਚਲੋ, ਆਪਾਂ ਤਾਂ ਆਸ ਕਰਦੇ ਹਾਂ ਜੀ ਕੋਈ ਚੇਂਜਸ ਆਵੇ, ਚਲੋ ਅਸੀਂ ਤੇ ਵੀ ਉਮੀਦ ਕਰਦੇ ਹਾਂ, ਕਿਉਂਕਿ ਕਾਫੀ ਕਿਆਸ ਰਾਈਆਂ ਉੜ ਰਹੀਆਂ ਸੀਗੀਆਂ ਸਿੱਧੂ ਬਾਰੇ ਵੀ, ਚਲੋ ਸਿੱਧੂ ਹੀ ਆ ਜਾਏ ਇੱਧਰ ਤੇ ਉਹਨਾਂ ਦੀ ਸ਼ਿਕਾਇਤ ਕੋਈ ਨਾ ਕੁਛ ਭਲਾ ਹੋ ਜਾਏ। ਹਾਂ, ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਜੀ, ਬਾਕੀ ਪਿਛਲੇ ਪਲਾਨ 'ਚ ਇਹਨਾਂ ਨੇ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਨੀ ਐਲਾਨਿਆ, ਉਹ ਨੁਕਸਾਨ ਸਭ ਤੋਂ ਵੱਡਾ, ਇਹਨੂੰ ਲੋਸ ਹੋਇਆ ਐਤਕੀ ਵੀ, ਇਹਨਾਂ ਲੱਗਦਾ ਜਿਸ ਤਰ੍ਹਾਂ ਤਰੀਕਾ ਇਹਨਾਂ ਦਾ ਚੱਲ ਰਿਹਾ ਤੇ ਇਹਨਾਂ ਨੂੰ ਉਸ ਚੀਜ਼ ਦੀ ਲੋਸ ਹੀ ਹੋਊਗਾ, ਜਾਂ ਅੱਜ ਤੱਕ ਇਹਨਾਂ ਨੇ ਕੋਈ ਨਹੀਂ ਕੀਤਾ। ਪਿਛਲੀ ਵਾਰ ਭਾਜੀ ਮੈਂ ਕਾਫੀ ਮੈਂ ਵੀ ਇੰਟਰਚ ਰਿਹਾ, ਮੈਂ ਕੱਲ੍ਹ ਨੂੰ ਕੋਸ਼ਿਸ਼ ਕਰੂੰਗਾ, ਮੈਂ ਕੱਲ੍ਹ ਦੇ ਪ੍ਰੋਗਰਾਮ ਜਾਂ ਪਰਸੋਂ ਦੇ ਪ੍ਰੋਗਰਾਮ ਭਗਵੰਤ ਮਾਨ ਹੁਣ ਲੈ ਕੇ ਆਵਾਂ, ਅਤੇ ਪਿਛਲੀ ਵਾਰ ਓਵਰ ਕੌਨਫੀਡੈਂਸ ਬਹੁਤ ਆ ਗਏ ਸੀ ਇਹ। ਓਵਰ ਕੌਨਫੀਡੈਂਸ ਸੀ ਅਤੇ ਭਗਵੰਤ ਮਾਨ ਨੂੰ ਸੁਖਨੇ ਜੀ ਸੀ ਐਮ ਦੇ ਆਉਂਦੇ ਆ ਵਿਚਾਰਾ, ਉਹ ਬਾਬਾ ਜੀ ਜਿਹੜੇ ਸੀਗੇ ਦੂਜੇ ਆਪਣੇ ਛੋਟੇ ਪਰ ਜੀ ਨੂੰ ਜਮਾਂ 1-2 ਲੱਖ ਰੁਪਏ ਦੇ ਥੱਲੇ ਲਾ ਕੇ ਬੰਦੇ ਨੂੰ ਘਰੇ ਬਿਠਾ ਤਾ। ਪੰਜਾਬ ਦੇ ਭੱਲੇ ਵਾਸਤੇ ਹੁਣ ਸੋਚਣਾ ਚਾਹੀਦਾ ਇਹਨਾਂ ਸਾਰਿਆਂ ਨੂੰ ਛੱਡ ਕੇ ਪੰਜਾਬ ਦੇ, ਕਿਉਂਕਿ ਆਪ ਵਾਲੇ ਵੀ ਸਾਰੇ ਰਾਤ ਨੂੰ ਵੀ ਕੋਈ ਚੇਅਰਮੈਨ ਬਣ ਕੇ ਸੌਂਦਾ ਤੇ ਕੋਈ ਐਮਐਲਏ ਬਣ ਕੇ ਸੌਂਦਾ, ਇਹ ਚੀਜ਼ਾਂ ਛੱਡਣੀਆਂ ਪੈਣੀਆਂ ਜੀ ਜੇ ਪੰਜਾਬ ਨੂੰ ਚੇਂਜ ਕਰਨਾ। ਛੋਟਾ ਤੋਂ ਛੋਟਾ ਵੀ ਮੈਂ ਬਹੁਤ ਵਿਚਰਦਾ ਜੀ ਪੰਜਾਬ ਚ, ਹਰ ਇਲੈਕਸ਼ਨ ਚ ਮੈਂ ਜਾਂਦਾ, ਬਲੋਂਗ ਮੈਂ ਅਕਾਲੀ ਦਲ ਪਾਰਟੀ ਨੂੰ ਕਰਦਾ, ਪਰ ਜਿਹੜੇ
ਮਿਲਦੇ ਨੇ ਉਹ ਸਾਰੇ ਕੋਈ ਬਲਾਕ ਸੰਮਤੀ ਦਾ ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਕੋਈ ਸਾਰੇ ਚੇਅਰਮੈਨ ਬਣ ਕੇ ਸੌਂਦੇ ਆ ਉਹ ਆਸ ਇਹ ਨਹੀਂ ਰੱਖਦੇ ਜੀ ਪੰਜਾਬ ਨੂੰ ਆਪਾਂ ਬਦਲਣਾ ਵੀ ਉਹਦਾ ਲੈਣਾ ਸਭ ਨੂੰ ਲਾਲਚ ਹੈ ਭਗਵੰਤ ਮਾਨ ਵਿੱਚ ਕਿਹੜੀ ਗੱਲ ਨਹੀਂ ਲਾਲਚ ਹੈ ਜੀ ਇਸ ਗੱਲ ਦਾ ਚਲੋ ਮਿਹਰਬਾਨੀ ਜੀ ਬਹੁਤ ਕਾਲ ਕਰਨ ਲਈ ਤੁਹਾਡਾ ਥੈਂਕ ਯੂ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਤੁਹਾਡਾ ਜੀ ਬਹੁਤ ਵਧੀਆ ਜੀ ਥੈਂਕ ਯੂ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਸਰਦਾਰ ਗੁਰਮੇਲ ਸਿੰਘ ਜੀ ਧੀਰ ਸਾਹਿਬ ਜੀ ਧੀਰ ਸਾਹਿਬ ਹਾਂਜੀ ਜੀ ਸਵਾਗਤ ਹੈ ਜੀ ਸਰਦਾਰ ਜਗਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਤੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਹਾਂਜੀ ਕੀ ਵਿਚਾਰ ਨੇ ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਕੈਨੇਡਾ ਦੇ ਵਿੱਚੋਂ ਜਦੋਂ ਕੈਨੇਡਾ ਦੇ ਵਿੱਚ ਜਦੋਂ ਇਲੈਕਸ਼ਨ ਆਉਂਦੇ ਆ ਇੱਥੇ ਦੀ ਸਰਕਾਰ ਹਰ ਇੱਕ ਪਾਰਟੀ ਉਹ ਕਹਿੰਦੀ ਆ ਵੀ ਅਸੀਂ ਇੰਨੀਆਂ ਜੋਬ ਕੱਢਾਂਗੇ ਇੰਨੀਆਂ ਜੋਬ ਕੱਢਾਂਗੇ ਇੰਨੀਆਂ ਇੰਡਸਟਰੀਅਲ ਏਰੀਆ ਦੇ ਵਿੱਚ ਇੰਨੀਆਂ ਪ੍ਰਾਈਵੇਟ ਜੋਬ ਕੱਢਾਂਗੇ ਅਸੀਂ ਐਜੂਕੇਸ਼ਨ ਲਈ ਇੰਨਾ ਪੈਸਾ ਲਾਵਾਂਗੇ ਅਸੀਂ ਹੈਲਥ ਦੇ ਉੱਤੇ ਇੰਨਾ ਪੈਸਾ ਲਾਵਾਂਗੇ ਜੀ ਸਾਡੇ ਕੈਨੇਡਾ ਦੇ ਵਿੱਚ 75% ਜਿਹੜਾ ਪੈਸਾ ਗੌਰਮੈਂਟ ਦਾ ਖਰਚ ਹੁੰਦਾ ਲੋਕਾਂ ਦੀ ਸਿਹਤ ਦੇ ਉੱਤੇ ਲੱਗਦਾ ਹੈਲਥ ਦੇ ਉੱਤੇ ਤੇ ਕਿਉਂ ਨਾ ਬੰਦਿਆਂ ਦੀ ਉਮਰਾਂ ਵਧਣ ਜੀ ਹਾਂਜੀ ਹੁਣ COVID-19 ਦੇ ਵਿੱਚ ਕਿਸੇ ਨੂੰ ਇੱਥੇ ਭੁੱਖਾ ਨੀ ਮਰਨਤਾ ਕਿਸੇ ਦੇ ਸੜਕ ਤੇ ਮੁਜ਼ਾਰੇ ਨੀ ਕੀਤੇ ਘਰ ਬੈਠਿਆਂ ਕੈਨੇਡਾ ਦੀ ਗੌਰਮੈਂਟ ਨੇ $2,000 ਦਿੱਤਾ ਤੇ $600 ਅੰਟਾਰੀਓ ਦੀ ਗੌਰਮੈਂਟ ਨੇ ਦਿੱਤਾ ਅੱਜ ਵੀ ਆਉਂਦਾ ਲੋਕਾਂ ਨੂੰ ਹਾਂਜੀ ਤੇ ਪੈਸਾ ਦਿੱਤਾ ਕਿਸੇ ਗੱਲੋਂ ਵੀ ਕੋਈ ਫਿਕਰ ਨੀ ਰਿਹਾ ਤੇ ਉਹਨਾਂ ਦੀਆਂ ਸਹੂਲਤਾਂ ਤੇ ਜੇ ਕੋਈ ਬਿਮਾਰ ਹੋ ਜਾਂਦਾ ਸੀ ਘਰ ਦੇ ਵਿੱਚ ਨਰਸ ਆਉਂਦੀ ਸੀ ਹਾਂਜੀ ਚੈੱਕ ਕਰਨ ਵਾਸਤੇ ਉਹ ਕਦੇ ਇਹ ਲਾਰੇ ਨੀ ਲੈ ਜਾਂਦੇ ਤੇ ਕੈਨੇਡਾ ਦੇ ਲੋਕਾਂ ਨੂੰ ਅਸੀਂ ਇੱਕ ਬੋਰੀ ਕਣਕ ਦੀ ਕੁਆਂਟਲ ਦੀ ਸਿੱਟਿਆ ਮਾਗੇ ਜਾਂ ਪਿਆਜੇ ਬਕਵਾਸ ਆ ਜਾਂਦੀ ਮਹੀਨਾ ਪੀਜ਼ਾ ਫ੍ਰੀ ਦੇ ਦਾਂਗੇ ਮੜਾ ਹੋਟ ਰੱਖਿਓ ਤੁਸੀਂ ਇਹ ਤਾਂ ਜੀ ਪੰਜਾਬ ਦੀ ਰਾਜਨੀਤੀ ਦਾ ਤਾਂ ਸੱਚੀ ਕੁਝ ਨਾ ਕੁਝ ਪਰਮਾਤਮਾ ਹੀ ਹੱਲ ਕੱਢੂ ਹੁਣ ਜਿਹੜੀ ਕੌਮ ਨੂੰ ਤੁਸੀਂ ਭਿੱਖ ਮੰਗੇ ਬਣਾ ਦੋਗੇ ਜੀ ਹਾਂਜੀ ਇਹ ਭਿੱਖ ਮੰਗੇ ਨੀ ਹੈ ਵੀ ਤੁਸੀਂ ਬਿਜਲੀ ਫ੍ਰੀ ਕਰਤੀ ਪਾਣੀ ਫ੍ਰੀ ਕਰਤਾ ਤੇ ਲੋਕਾਂ ਦੇ ਘਰ 2 ਕਿਲੋ ਆਟਾ 2 ਕਿਲੋ ਚਾਵਲ ਦਿੱਤਾ ਇਹ ਕੀ ਸਮਝਦੇ ਨੇ ਪੰਜਾਬ ਦੇ ਲੋਕ ਭਿਖਾਰੀ ਨੇ ਨਾ ਕਦੇ ਪੰਜਾਬ ਦੇ ਲੋਕਾਂ ਨੇ ਮੰਗਿਆ ਵੀ ਨਹੀਂ ਕਦੀ ਜਾਣ ਬੁੱਝ ਕੇ ਹੀ ਇਹ ਚਾਹੁੰਦੇ ਨੇ ਲੀਡਰ ਪਾਰਟੀਆਂ ਵੀ ਪੈਰਾਂ ਸਿਰ ਹੋ ਨਹੀਂ ਨਾ ਪੰਜਾਬ ਜਿਹੜਾ ਹੈਗਾ ਇਹ ਜਾਣ ਬੁੱਝ ਕੇ ਕਰਦੇ ਆ ਜੀ ਜਾਣ ਬੁੱਝ ਕੇ ਲੋਕਾਂ ਦੀਆਂ ਆਦਤਾਂ ਖਰਾਬ ਕਰਦੇ ਨੇ ਹਾਲਾਂਕਿ ਪੰਜਾਬ ਦੇ ਲੋਕ ਬੜੇ ਸਖਤ ਮਿਹਨਤ ਕਰਨ ਵਾਲੇ ਲੋਕ ਨੇ ਜੀ ਅਸੀਂ ਉੱਥੋਂ ਆ ਕੇ ਅਸੀਂ ਖੁਦ ਆਪ ਇੱਥੇ ਆ ਕੇ ਆਪਣੇ ਘਰ ਦਾਰ ਬਣਾ ਲਏ ਬੱਚੇ ਪੜ੍ਹਾ ਲਏ ਚੰਗੀਆਂ ਨੌਕਰੀਆਂ ਤੇ ਲਾ ਲਏ ਅਸੀਂ ਕੀਤਾ ਨੀਗਾ ਬਿਲਕੁਲ ਹਾਂਜੀ ਤੇ ਤੁਸੀਂ ਦੇਖੋ ਮੈਂ ਚਾਹੁੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਉੱਥੇ ਆਵੇ ਤਾਂ ਕਿ ਬਦਲ ਹੋਣਾ ਚਾਹੀਦਾ ਪਰ ਮੈਂ ਇਹ ਵੀ ਚਾਹੁੰਦਾ ਵੀ ਕੇਜਰੀਵਾਲ ਨੂੰ ਇਹ ਨੀ ਚਾਹੀਦਾ ਮੈਂ ਤੁਹਾਨੂੰ ਮੁਫ਼ਤ ਆ ਦਊਂ ਫਿਰ ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਤੇ ਇਹਦੇ ਚ ਕੀ ਫਰਕ ਹੋ ਗਿਆ ਜੇ ਤੁਸੀਂ ਸਾਰਾ ਕੁਝ ਫ੍ਰੀ ਕਰਤਾ ਤਾਂ ਪੰਜਾਬ ਦੇ ਖਜ਼ਾਨੇ ਵਿੱਚ ਪੈਸਾ ਕਿੱਥੋਂ ਆਊਗਾ ਦੇਖੋ ਜੀ ਜੇ ਅਨਾਊਂਸ ਹੀ ਕਰਨਾ ਹੈ ਤੇ ਇਹ ਤਾਂ ਹੁਣ ਜੇ ਕੈਪਟਨ ਸਾਹਿਬ ਨੂੰ ਵੀ ਉਹਨਾਂ ਨੇ ਦੇਤਾ ਇੱਕ ਬਈ ਆਈਡੀਆ ਦੇਤਾ ਹੁਣ 200 ਤੋਂ ਕਹਿੰਦੇ ਹੀ ਆ ਵੀ 200 ਚੱਲਦੀ ਪਹਿਲਾਂ 200 ਯੂਨਿਟ ਤੋਂ ਉਹ ਕਹਿਣਗੇ ਅਸੀਂ 325 ਕਰ ਦਿੰਦੇ ਹਾਂ ਉਹ ਮੁਫ਼ਤ ਕੋਈ ਟੈਕਸ ਨੀ ਦਿੰਦੇ ਪੰਜਾਬ ਨੂੰ ਤੇ ਪਾਣੀ ਜਾਂਦਾ ਉਹ ਮੁਫ਼ਤ ਪਹਿਲਾਂ ਤਾਂ ਕੇਜਰੀਵਾਲ ਉਹ ਸਾਨੂੰ ਟੈਕਸ ਦੇਣਾ ਸ਼ੁਰੂ ਕਰੇ ਹਾਂਜੀ ਜਿੰਨਾ ਬਣਦਾ ਚਲੋ ਉਹ ਦੇਣਾ ਚਾਹੀਦਾ ਉਹਨੂੰ ਫਿਰ ਤੁਸੀਂ ਦੇਖੋ ਤੇ ਆਮ ਆਦਮੀ ਪਾਰਟੀ ਜੇ ਕੁਛ ਕਰੂਗੀ ਤਾਂ ਪੈਸੇ ਨਾਲੇ ਕਰੂ ਜੇ ਨਾਲੇ ਨਾ ਕੀਤਾ ਇਹ ਪਹਿਲਾਂ ਤਾਂ ਬਾਦਲ ਖਜ਼ਾਨਾ ਛੱਡੀ ਖਾਲੀ ਛੱਡ ਗਏ ਕੈਪਟਨ ਨੂੰ ਤੇ ਫਿਰ ਕੈਪਟਨ ਨੇ ਹੁਣ ਇਹਨਾਂ ਨੂੰ ਖਜ਼ਾਨਾ ਖਾਲੀ ਛੱਡ ਦੇਣਾ ਫਿਰ ਦੇਖਿਓ ਜੇ ਆਮ ਆਦਮੀ ਪਾਰਟੀ ਸਰਕਾਰ ਆ ਗਈ ਮੁਜ਼ਾਰੇ ਬਹੁਤ ਹੋਣਗੇ ਇਸ ਪਾਰਟੀ ਦੇ ਖਿਲਾਫ ਹਾਂਜੀ ਲੋਕਾਂ ਨੇ ਬਹੁਤ ਹਰੇਕ ਇਹ ਕਹੂਗਾ ਵੀ ਸਾਨੂੰ ਅਸੀਂ ਹੜਤਾਲ ਤੇ ਚਲੇ ਗਏ ਟੀਚਰ ਚਲੇ ਗਏ ਤੇ ਹੋਰ ਇੰਡਸਟਰੀ ਵਾਲੇ ਚਲੇ ਗਏ ਤੇ ਡਾਕਟਰ ਚਲੇ ਗਏ ਨਰਸਾਂ ਚਲੀ ਗਈਆਂ ਜਿਸ ਤਰ੍ਹਾਂ ਹੁਣ ਮੁਜ਼ਾਰੇ ਹੁੰਦੇ ਆਏ ਆ ਕਿਸਾਨ ਵੀ ਮੁਜ਼ਾਰਾ ਕਰਨਗੇ ਹਾਂਜੀ ਤੇ ਇਹ ਬੜੀ ਗਲਤ ਪਾਲਿਸੀ ਆ ਜੋ ਕਿਸੇ ਫ੍ਰੀ ਦੇਣ ਦੇ ਕਰਦੇ ਆ ਇੱਥੇ ਮੈਂ ਤੁਹਾਨੂੰ ਦੱਸਾਂ ਆਪਾਂ ਇਹਨਾਂ ਮੁਲਕਾਂ ਵਿੱਚ ਰਹਿੰਦੇ ਹਾਂ
ਜਦੋਂ ਤੁਸੀਂ ਆਪਣੇ ਕਮਰੇ ਵਿੱਚੋਂ ਉੱਠ ਕੇ ਜਾਂਦੇ ਹੋ, ਕੋਈ ਕਮਰੇ ਵਿੱਚ ਨਹੀਂ ਬੈਠਾ ਹੁੰਦਾ, ਤੁਸੀਂ ਉਸੇ ਵੇਲੇ ਬਿਜਲੀ ਦਾ ਬਟਨ ਆਫ ਕਰ ਦਿੰਦੇ ਹੋ, ਬਿਲਕੁਲ ਕਰਦੇ ਹੋ, ਸਵਿਚ ਆਫ ਕਰਦੇ ਹੋ ਵੀ ਸਾਨੂੰ ਬਿੱਲ ਆਉਣਾ ਹੈ। ਬਿਲਕੁਲ ਜੀ, ਬਿਲਕੁਲ। ਚਲੋ, ਉਹ ਇਸੇ ਤਰ੍ਹਾਂ ਹੀ ਪਾਣੀ, ਪਾਣੀ ਦੀ ਇੱਕ ਵੀ ਬੂੰਦ ਇਹਨਾਂ ਦੇਸ਼ਾਂ ਦੇ ਵਿੱਚ ਗੌਰਮੈਂਟ ਜਾਇਆ ਨਹੀਂ ਕਰਨ ਦੀ, ਅਸੀਂ ਖੁਦ ਟੂਟੀਆਂ ਆਪ ਬੰਦ ਕਰਦੇ ਹਾਂ, ਸਾਨੂੰ ਪਤਾ ਪਾਣੀ ਦਾ ਬਿੱਲ ਸਾਨੂੰ ਆਉਣਾ ਜੀ। ਬਿਲਕੁਲ, ਚਲੋ, ਕੇਜਰੀਵਾਲ ਨੂੰ ਸਮਝਾਉਣਾ ਚਾਹੀਦਾ ਵੀ ਤੂੰ ਇਹ ਕੁਛ ਨਾ ਕਰ, ਤੂੰ ਗੱਲ ਠੋਸ ਕਰ ਵੀ ਮੈਂ ਇੰਨੀਆਂ ਨੌਕਰੀਆਂ ਕੱਢੂ, ਇੰਨੇ ਮੈਂ ਇੰਡਸਟਰੀ ਲਿਆਊ, ਇੰਨੇ ਐਜੂਕੇਸ਼ਨ ਦੇ ਸਕੂਲ ਬਣਾਊ, ਮਿਹਰਬਾਨੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਬ੍ਰੇਕ ਹੈ ਰਹਿੰਦੀ ਹਜੇ ਹੋਰ ਇੱਕ, ਅਤੇ ਬ੍ਰੇਕ ਤੋਂ ਬਾਅਦ ਮੈਨੂੰ ਲੱਗਦਾ ਥੋੜ੍ਹਾ ਬਹੁਤ ਸਮਾਂ ਹੋਇਆ ਤਾਂ ਆਪਾਂ ਇੱਕ ਅੱਧੀ ਕਾਲ ਲੈ ਲਾਂਗੇ, ਅਤੇ ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਥੋੜ੍ਹਾ ਜਿਹਾ ਸਮਾਂ ਹੈਗਾ, ਇੱਕ ਅੱਧੀ ਕਾਲ ਆਪਾਂ ਲੈ ਸਕਦੇ ਹਾਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਰਾਜਕੁਮਾਰ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ? ਬਹੁਤ ਕਿਰਪਾ ਜੀ, ਤੁਸੀਂ ਸੁਣਾਓ, ਠੀਕ ਠਾਕ? ਹਾਂਜੀ, ਅਸੀਂ ਮੇਰਾ ਖਿਆਲ ਆ ਰਹੇ ਹਾਂ ਕੇਜਰੀਵਾਲ ਸਾਹਿਬ। ਹਾਂਜੀ, ਕੇਜਰੀਵਾਲ ਸਾਹਿਬ। ਹਾਂਜੀ, ਕੇਜਰੀਵਾਲ ਸਾਹਿਬ ਦੀ ਅੱਜ ਗੱਲ ਕਰ ਰਹੇ, ਵੈਸੇ ਰਾਜਨੀਤਿਕ ਪਾਰਟੀਆਂ ਦੀ ਗੱਲ ਕਰਦੇ ਹਾਂ। ਪਹਿਲਾਂ ਥੋੜ੍ਹੇ ਜਿਹਾ ਵੱਖਰੀ ਨਜ਼ਰ ਨਾਲ ਦੇਖਦੇ ਸੀਗੇ, ਅਤੇ ਹੁਣ ਥੋੜ੍ਹਾ ਜਿਹਾ ਲੱਗਦਾ ਵੀ ਥੋੜ੍ਹਾ ਜਿਹਾ ਹੋਰ ਸੋਚਣ ਦੀ ਲੋੜ ਹੈ ਇਹਨਾਂ ਨੂੰ ਜੀ ਜੀ। ਅਤੇ ਕੈਪਟਨ ਦਾ ਕੀ ਰੌਲਾ ਹੋਇਆ, ਠੀਕ ਹੋਇਆ ਨਹੀਂ ਹੋਇਆ? ਨਹੀਂ, ਕੈਪਟਨ ਦਾ ਨਹੀਂ, ਸਿੱਧੂ ਗਿਆ ਸੀ ਕੱਲ੍ਹ, ਅਤੇ ਫਿਰ ਸਿੱਧੂ ਨੂੰ ਮਿਲੇ ਨਹੀਂ ਹੈਗੇ, ਸੋਨੀਆ ਅਤੇ ਰਾਹੁਲ ਉਹ ਮਿਲੇ ਨਹੀਂ। ਅੱਛਾ, ਹਾਂਜੀ, ਚਲੋ, ਖੈਰ ਜੇ ਕੇਜਰੀਵਾਲ ਵੀ ਆ ਜਾਵੇ, ਹਾਂ, ਦਿੱਲੀ 'ਚ ਵਧੀਆ ਕੀਤਾ। ਵੈਸੇ ਤਾਂ ਚਲੋ, ਪੋਲੀਟੀਕਲ ਪਾਰਟੀਆਂ ਦੇ ਆਪੋ ਆਪਣੇ ਸਟੰਟ ਹੁੰਦੇ, ਉਹਨਾਂ ਨੇ ਦੂਜੀ ਪਾਰਟੀ ਨੇ ਉੱਥੋਂ ਬੰਦੇ ਪੰਜ ਸੱਤ ਖੜ੍ਹੇ ਕਰਕੇ ਦਿਖਾ ਦਿੱਤੇ ਜੀ ਬਿੱਲ ਇਹਨਾਂ ਦਾ, ਇਹਦਾ 1500 ਬਿੱਲ, ਇਹਦਾ 2000 ਬਿੱਲ, ਇਹਦਾ 1000 ਬਿੱਲ ਹੈ, ਅਤੇ ਉਹ ਇੱਦਾਂ ਚੱਲੀ ਚੁੱਲੀ ਜਾਂਦਾ। ਪਰ ਅਸਲ ਦੇ ਵਿੱਚ ਤਾਂ ਕੋਈ ਨਾ ਕੋਈ ਠੋਸ ਹੀ ਪੰਜਾਬ ਵਾਸਤੇ ਚਾਹੀਦਾ ਸਾਰਾ ਕੁਛ ਜੀ। ਬਿਲਕੁਲ ਜੀ, ਜੀ, ਚਲੋ, ਤੁਸੀਂ ਜਾਓ ਨਾ ਇੱਕ ਵਾਰੀ ਦਿੱਲੀ ਜਾਓ, ਆਪਣੇ ਪੰਜਾਬ ਜਾਓ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਨਾਲ ਦੀ ਨਾਲ ਬਹੁਤ ਬਹੁਤ ਧੰਨਵਾਦ ਸਭ ਦਾ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਠੀਕ ਲੱਗਿਆ ਹੋਵੇਗਾ। ਈਮੇਲ ਕਰ ਸਕਦੇ ਹੋ ਕਿਸੇ ਵੀ ਜਾਣਕਾਰੀ ਲਈ, jaggi@jasbroadcasting.com ਜਾਂ ਫਿਰ info@jasbroadcasting.com। ਫੇਸਬੁੱਕ, ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ, ਨਾਲ ਦੀ ਨਾਲ ਮੇਰਾ ਸੈੱਲ ਨੰਬਰ ਸਭ ਕੋਲ 209-450-33 ਵਾਟ, ਕਿਤੇ ਵੀ ਸੰਪਰਕ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।